ਅੱਜ ਵੀ ਵੈਲਕਮ ਸਸ਼ੀਕਾਲ ਬ੍ਰਿਟਿਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਬਹੁਤ ਖਾਸ ਸ਼ਖਸੀਅਤ ਦੇ ਨਾਲ ਅੱਜ ਫੜੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਸੋ ਜਿਨ੍ਹਾਂ ਨੂੰ ਅਕਸਰ ਤੁਸੀਂ ਬ੍ਰਿਟਿਸ਼ੀਆ ਦੇ ਉੱਤੇ ਵੀ ਐਜ਼ ਐਂਕਰ ਟੀਵੀ ਸ਼ੋਜ਼ ਹੋਸਟ ਕਰਦੇ ਦੇਖਿਆ ਹੋਣਾ ਬਹੁਤ ਸਾਰੇ ਗੀਤ ਨੇ ਬਹੁਤ ਸਾਰੇ ਸੌਂਗਸ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਮਾਡਲਿੰਗ ਕੀਤੀ ਹੈ ਜਿਹਦੇ ਵਿੱਚੋਂ ਖਾਸ ਇੱਕ ਜਿਹੜਾ ਵਰਲਡ ਫੇਮਸ ਗੀਤ ਸੀਗਾ ਸਤਿੰਦਰ ਸਰਤਾਜ ਹੋਰਾਂ ਦਾ ਉਡਾਰੀਆਂ ਜਿਹਦੇ ਵਿੱਚ ਉਹਨਾਂ ਨੂੰ ਤੁਸੀਂ ਦੇਖਿਆ ਹੋਣਾ ਤੇ ਇਹ ਸਾਰਾ ਕੁਝ ਕਰਨ ਤੋਂ ਬਾਅਦ ਹੁਣ ਉਹ ਪੰਜਾਬੀ ਇੰਡਸਟਰੀ ਦੇ ਵਿੱਚ ਆਪਣੀ ਸ਼ੁਰੂਆਤ ਕਰ ਚੁੱਕੇ ਨੇ ਸਟਾਰਟ ਕਰ ਚੁੱਕੇ ਨੇ ਇੱਕ ਫਿਲਮ ਦੇ ਨਾਲ ਜਿੰਦਮਾਹੀ ਜੀ ਮੈਂ ਗੱਲ ਕਰ ਰਿਹਾ ਰਾਜ ਸ਼ੋਕਰ ਹੋਰਾਂ ਦੀ ਆਪ ਸਭ ਤੋਂ ਪਹਿਲਾਂ ਵੈਲਕਮ ਜੀ ਆਇਆਂ ਨੂੰ ਕਰਦੇ ਆ ਬ੍ਰਿਟਿਸ਼ੀਆ ਤੇ ਫਿਰ ਗੱਲਬਾਤ ਅੱਗੇ ਤੋਰਦੇ ਆ ਆ ਰਾਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਵੈਲਕਮ ਕਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਮੀ ਆ ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਕਿਵੇਂ ਸਫਰ ਰਿਹਾ ਤੁਹਾਡਾ ਤੁਸੀਂ ਮੈਨੂੰ ਲੱਗਦਾ ਹੁਣ ਪੰਜਾਬ ਤੋਂ ਆਏ ਹੋ ਤੁਹਾਡੀ ਥੋੜੀ ਦੇਰ ਪਹਿਲਾਂ ਹਾਂ ਜੀ ਅਮੀਨ ਮੈਂ ਇੱਥੇ ਦੀ ਬੌਰਨਾ ਸੋ ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲ ਉਹ ਤੇ ਮਨਲਾ ਦਾ ਘਰ ਦੀ ਗੱਲ ਹੋ ਰਹੀ ਹੁੰਦੀ ਆ ਸਰ ਇੱਥੇ ਆ ਕੇ ਵਧੀਆ ਲੱਗਦਾ ਆ ਜੀ 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 ਅੱਛਾ ਇੰਟਰਵਿਊ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਦੇ ਦਈਏ ਤੁਸੀਂ ਫਿਲਮ ਇੰਡਸਟਰੀ ਦੇ ਵਿੱਚ ਹੁਣ ਗਏ ਹੋ ਪਹਿਲੀ ਕੀ ਦੂਸਰੀ ਫਿਲਮ ਵੀ ਤੁਸੀਂ ਕਰ ਲਈ ਆ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਥੈਂਕ ਯੂ ਸੋ ਮਾਚ ਆਈ ਥਿੰਕ ਮੈਂ ਲਕੀ ਰਹੀ ਆ ਕਿ ਮੈਨੂੰ ਵਧੀਆ ਫਿਲਮਾਂ ਮਿਲ ਰਹੀਆਂ ਨੇ ਤੇ ਵਧੀਆ ਲੋਕੀ ਪਸੰਦ ਕਰ ਰਹੇ ਨੇ ਆਡੀਅנס ਪਸੰਦ ਕਰ ਰਹੀ ਆ ਦੈਟਸ ਦ ਮੇਨ ਥਿੰਗ ਸੋ ਯਾ ਠੀਕ ਹੈ ਜਿੰਦਮਾਹੀ ਪਿਛਲੇ ਵੀ ਕੀ ਅਸੀਂ ਦੇਖ ਰਹੇ ਸੀਗੇ ਬਹੁਤ ਖੂਬਸੂਰਤ ਤੁਹਾਡੀ ਐਕਟਿੰਗ ਆ ਬੜਾ ਵਧੀਆ ਰੋਲ ਸੀਗਾ ਤੁਹਾਡਾ ਵੈਸੇ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਬੜੀ ਵਧੀਆ ਇਹਦੇ ਇਹਦੇ ਬਾਰੇ ਸਾਨੂੰ ਜਰੂਰ ਦੱਸੋ ਸਾਨੂੰ ਆਮ ਜਿੰਦਮਾ ਹੀ ਓਬਵੀਸਲੀ ਮੇਰੀ ਪਹਿਲੀ ਫਿਲਮ ਹੈ ਸੋ ਮੈਨੂੰ ਲੱਗਦਾ ਕਿ ਹੋਰ ਜਿੰਨੀਆਂ ਮਰਜੀ ਫਿਲਮਾਂ ਕਰ ਲਵਾਂ ਜਿੰਦਮਾ ਹੀ ਹਮੇਸ਼ਾ ਮੇਰੇ ਸਭ ਤੋਂ ਫੇਵਰਟ ਰਹੂਗੀ ਤੇ ਜਿੰਦਮਾ ਹੀ ਸਾਨੂੰ 2021 ਦੇ ਵਿੱਚ ਆਫਰ ਹੋਈ ਸੀ ਤੇ ਉਦੋਂ ਹੀ ਸ਼ੂਟ ਵੀ ਕੀਤੀ ਹੈ 2021 ਟੂ mm -hmm. 2022 ਜੀ ਐਂਡ ਬਹੁਤ ਵਧੀਆ ਰਿਸਪੌਂਸ ਮਿਲੇ ਆਇਆ ਆਈ ਥਿੰਕ ਥੋੜਾ ਕੈਰੈਕਟਰ ਮੇਰਾ ਬਹੁਤ ਡਿਫਰੈਂਟ ਸੀਗਾ ਟੂ ਮੀ ਇਨ ਰਿਅਲ ਲਾਈਫ ਬਿਕਾਜ਼ रियल लाइफ ਦੇ ਵਿੱਚ ਮੈਂ ਬਹੁਤ ਬੋਲਦੀ ਆ ਉਹਦੇ ਵਿੱਚ ਤਾਂ ਬਹੁਤ ਉਦਾਸ ਗਿਆ ਕੈਰੈਕਟਰ ਸੀਗਾ ਬਟ ਲੋਕ ਕਨੇ ਪਸੰਦ ਕੀਤਾ ਸਭ ਤੋਂ ਮੇਨ ਗੱਲ ਇਹ ਹੈ ਕਿਉਂਕਿ ਆਈ ਥਿੰਕ ਇੰਟਰੋਡਕਸ਼ਨ ਬਹੁਤ ਜ਼ਰੂਰੀ ਹੁੰਦੀ ਹੈ ਤਾਂ ਕਿ ਲੋਕਾਂ ਦੇ ਵਿੱਚ ਤੁਸੀਂ ਇੱਕ ਛਾਪ ਛੱਡ ਸਕੋ so that was the main purpose of that film ਅੱਛਾ ਬ੍ਰਿਟਿਸ਼ੀਆ ਤੋਂ ਤੁਸੀਂ ਸ਼ੁਰੂ ਕੀਤਾ ਜਿਵੇਂ ਮੈਂ ਸ਼ੁਰੂ ਦੇ ਵਿੱਚ ਕਿਹਾ ਕਿ ਤੁਸੀਂ ਹੋਸਟ ਕੀਤੇ ਸ਼ੋਜ਼ ਹੈ ਨਾ ਕੈਮਰਾ ਨੂੰ ਪਹਿਲਾਂ ਤੋਂ ਫੇਸ ਕੀਤਾ ਸੀਗਾ so ਕੀ ਡਿਫਰੈਂਸ ਲੱਗਿਆ ਤੁਹਾਨੂੰ ਪਹਿਲੀ ਵਾਰ ਇੱਕ ਐਕਟਰ ਦੇ ਤੌਰ ਦੇ ਉਤੇ ਇੱਕ ਐਕਟ੍ਰੈਸ ਦੇ ਤੌਰ ਤੇ ਜਾਣਾ so ਕਿੰਨਾ ਕੁ ਡਿਫਰੈਂਸ ਹੈਗਾ ਐਕਟਿੰਗ ਦਾ ਮੈਨੂੰ ਪਹਿਲਾਂ ਤੋਂ ਸ਼ੌਂਕ ਸੀਗਾ ਟੀਵੀ ਪ੍ਰੈਜ਼ੈਂਟਿੰਗ ਇਨੀ ਔਖੀ ਜਦੋਂ ਮੈਂ ਸੋਚਿਆ ਵੀ ਨਹੀਂ ਸੀਗਾ ਕਿ ਮੈਂ ਕਰਨਾ ਬਟ ਸਭ ਤੋਂ ਔਖਾ ਮੈਨੂੰ ਆਹ ਇੱਕ ਐਕਸਚੇਂਜ ਲੱਗਾ ਆ ਕਮਿੰਗ ਫਰਮ ਦੈਟ ਸੀਟ ਟੂ ਦਿਸ ਸੀ ਅ ਬਿਕਾਜ਼ ਮੈਨੂੰ ਆਦਤ ਹੈ ਸਵਾਲ ਪੁੱਛਣ ਦੀ ਤੇ ਥੋੜਾ ਔਨ ਦਿਸ ਸਪੌਟ ਰੱਖਣ ਦੀ ਸਾਰਿਆਂ ਨੂੰ ਹੁਣ ਉਹ ਜਵਾਬ ਦੇਣ ਪੈ ਰਹੇ ਤੇ ਹੁਣ ਜਵਾਬ ਦੇਣੇ ਪੈ ਰਹੇ ਤੇ ਮੈਨੂੰ ਲੱਗਾ ਜਵਾਬ ਦੇਣਾ ਜ਼ਿਆਦਾ ਔਖਾ ਹੈ ਔੜਿਆ ਹੈ ਠੀਕ ਹੈ ਸੋ ਇਸ ਫਿਲਮ ਦੇ ਬਾਰੇ ਕੁਝ ਗੱਲਬਾਤ ਮੈਂ ਚਾਹੁੰਨਾ ਕਿ ਸਾਡੇ ਦਰਸ਼ਕਾਂ ਦੇ ਨਾਲ ਤੁਸੀਂ ਸਾਂਝੀ ਕਰੋ ਇਹਦੀ ਸ਼ੂਟਿੰਗ ਮਿਲਦਾ ਜ਼ਿਆਦਾਤਰ ਯੂਕੇ ਦੇ ਵਿੱਚ ਹੀ ਹੋਈ ਹੋਈ ਹੈ ਨਾ ਫਿੱਤਰਾਂ ਦਾ ਨਾਂ ਚੱਲਦਾ ਅੱਛਾ ਓਕੇ ਜਿੰਦਮਾਹੀ ਦੇ ਬਾਰੇ ਅਪਾ ਪਹਿਲਾਂ ਗੱਲ ਕਰਦੇ ਆਂ ਫਿਰ ਅੱਛਾ ਜਿੰਦਮਾਹੀ ਦੀ ਸ਼ੂਟਿੰਗ ਹੋ ਚੁੱਕਿਆ ਹੁਣ ਲਾਈਕ ਯੂਕੇ ਦੇ ਵਿੱਚ ਹੋਈ ਸੀ ਆਬਵੀਸਲੀ ਰਿਲੀਜ਼ ਪਿਛਲੇ ਸਾਲ ਹੋ ਚੁੱਕੀ ਹੈ ਹਾਂ ਫਿਰ ਥੋੜਾ ਸੈਗਮੈਂਟ ਇੰਡੀਆ ਦੇ ਵਿੱਚ ਵੀ ਜਗਾ ਕੁਝ ਕਲਾਈਮੈਕਸ ਇੰਡੀਆ ਦੇ ਵਿੱਚ ਸੀਗਾ ਬਟ ਯਾ ਆਈ ਥਿੰਕ ਇਟ ਵਾਸ ਅ ਵੈਰੀ ਗੁੱਡ ਫਿਲਮ ਮੇਬੀ ਫਾਮ ਦੇ ਨਾਲ ਆਈ ਹੋਪ ਲੋਕਾਂ ਨੂੰ ਪਸੰਦ ਆਈ ਹੋ ਅੱਛਾ ਸੋਨਮ ਬਾਜਵਾ ਵੀ ਉਸ ਫਿਲਮ ਦੇ ਵਿੱਚ ਹੈਗੇ ਨੇ ਨਾ ਸੋ ਉਹਨਾਂ ਦੇ ਨਾਲ ਕੰਮ ਕਰਕੇ ਕਿਹੋ ਜਿਹਾ ਲੱਗਿਆ ਸੋਨਮ ਇਜ਼ ਵੈਰੀ ਪ੍ਰੋਫੈਸ਼ਨਲ ਮੈਂ ਜਿੱਥੇ ਵੀ ਗਈ ਹਾਂ ਜਦੋਂ ਵੀ ਸਾਡੀ ਗੱਲ ਹੋਈ ਆ ਜਿੰਦ ਮਾਹੀ ਬਾਰੇ ਜਾਂ ਫਿਰ ਕਾਸਟ ਬਾਰੇ ਬਾਕੀ ਸਾਡੇ ਜਿੰਨੇ ਵੀ ਸੀਗੇ ਉਸ ਟੀਮ ਦੇ ਵਿੱਚ ਸੋਨਮ ਇਜ਼ like been in the industry for over 10 years hmm. so jinna unna nu experience hai jinna unna nu dekh ke vi sikhan nu milda ho vi uh, it's I think I'm very lucky that I got to work with her in my first into uh, like in my first film because I think to see chonneo ke tusi experience artist de naal kam karo taaki tusi sikh sako and then she has lasted so long oh ek artist hai jinna ne 10 saal bitaa lae ne te bahut successful 10 saal rahe ne ohna de So I think I was very privileged to work hmm. with her and she was really warm hmm. very warm Ke avrata ke avrata Achcha requirement hai koi sara slim ho jana so Anu Bajwa nu dekhde ho vi bahut slim hai aur tusi vi dino din slim hunde jame bas meri family nu pata ke main ta shuru to eda di hi ha I think I was a very chubby baby but othe baad I don't know how the weight loss has happened matlab e requirement hai ki Punjab film industry vich I think e ek myth baneya hoya hai ke thonu bahut ਗੋਰਾ ਰੰਗ ਹੋਣਾ ਚਾਹੀਦਾ ਹੈ ਜਾਂ ਫਿਰ ਤੁਹਾਡੇ ਵਾਲ ਕਾਲੇ ਵੈਰੀ ਨਾਈਸ ਨੇ ਨਕਸ਼ ਸੋਣੇ ਇਹ ਇੰਡਸਟਰੀ ਐਕਟਿੰਗ ਦੀ ਹੈ ਆਪਾਂ ਫਿਲਮਾਂ ਕਰਦੇ ਆ ਤੁਹਾਨੂੰ ਸਭ ਤੋਂ ਜ਼ਰੂਰੀ ਐਕਟਿੰਗ ਹੋਣੀ ਚਾਹੀਦੀ ਹੈ ਆਈ ਥਿੰਕ ਜੇ ਤੁਹਾਨੂੰ ਉਹ ਆਉਂਦਾ ਹੈ ਤਾਂ ਫਿਰ ਲੁਕਸ ਮੈਟਰ ਨਹੀਂ ਕਰਦੇ ਹੁੰਦੇ ਕਿਉਂਕਿ ਇੱਕ ਕੈਰੈਕਟਰ ਨੂੰ ਸੂਟ ਕਰਨ ਦੇ ਲਈ ਵੈਸੇ ਵੀ ਬਹੁਤ ਲੁੱਕ ਬਦਲਨੇ ਪੈਂਦੇ ਨੇ ਅਮ ਸੋ ਆਈ ਥਿੰਕ ਦੈਟਸ ਦ ਮੇਨ ਥਿੰਗ ਯਾ ਆਈ ਥਿੰਕ ਸੋਣੇ ਹੋਣਾ ਜਾਂ ਫਿਰ ਮੈਂ ਮੈਂ ਅਕਸਰ ਸੁਣਦੀ ਆ ਸੋਨਮ ਬਾਜਵਾ ਜੀ ਜਦੋਂ ਸਟਾਰਟ ਕਰ ਰਹੇ ਸੀਗੇ ਉਹਨਾਂ ਦੇ ਕਲਰ ਤੇ ਬਹੁਤ ਟਿੱਪੜੀ ਹੁੰਦੀ ਸੀਗੀ ਬਿਫ ਸ਼ੀ ਵਾਸ ਲਾਈਕ ਆਈ ਨੇਵਰ ਹੈਡ ਅ ਇਸ਼ੂ ਵਿਦ ਥਾ ਬਿਕਾਜ਼ ਉਹ ਕਿੰਨੇ ਟੈਲੈਂਟਡ ਨੇ ਐਂਡ ਆਈ ਥਿੰਕ ਸ਼ੀ ਇਸ ਸਟਨਿੰਗ ਆਈ ਡੋਨਟ ਥਿੰਕ ਇਹ ਵੀ ਲੁੱਕਸ ਤੇ ਜਾਂ ਫਿਰ ਅਸੀਂ ਕਿਵੇਂ ਆਪਣੇ ਆਪ ਨੂੰ ਕੈਰੀ ਕਰਦੇ ਆ ਉਹ ਤੇ ਨਹੀਂ ਮਤਲਬ ਟੈਲੈਂਟ ਆ ਜਿਹੜਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਬਿਫ ਆਈ ਥਿੰਕ ਟੈਲੈਂਟ ਲਾਸਟ ਲੁੱਕਸ ਨੋ ਲਾਸਟ ਯਾ अच्छा हम आपा ਗੱਲ ਤੁਹਾਡੇ ਮੋਡਲਿੰਗ ਦੇ ਟਾਈਮ ਦੀ ਵੀ ਕਰਦੇ ਆ ਨਾ ਉਹ ਡਾਰੀਆਂ ਗੀਤ ਦੇ ਵਿੱਚ ਮੈਂ ਤੁਹਾਨੂੰ ਫਸਟ ਟਾਈਮ ਦੇਖਿਆ ਸੀਗਾ ਨਾ ਸੋ ਮੈਨੂੰ ਲੱਗਦਾ ਨਹੀਂ ਸੀਗਾ ਕਿ ਕੁੜੀ ਇੱਥੋਂ ਦੀ ਹੈ ਨਾ ਯੂਕੇ ਦੀ ਆਪਾਂ ਦੇਖਦੇ ਹਾਂ ਕਿ ਜ਼ਿਆਦਾਤਰ ਇਹ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਗੀਤ ਵੀ ਸ਼ੂਟ ਹੁੰਦੇ ਆ ਨਾ ਬੜਾ ਖੂਬਸੂਰਤ ਫਿਲਮਾਂਕਣ ਵੀ ਹੋਇਆ ਹੈ ਨਾ ਉਹਦੇ ਉਹਦੇ ਵਿੱਚ ਸਾਡਾ ਵੀ ਬਹੁਤ ਵਧੀਆ ਕਿਰਦਾਰ ਸੀਗਾ ਸੋ ਉਹਦੀ ਵੀ ਸਟੋਰੀ ਸਾਨੂੰ ਦੱਸੋ ਤੁਹਾਡੀ ਆਮ ਸੋ ਮੇਰੀ ਐਕਟਰੀ ਸ਼ੁਰੂਆਤ ਰੇਡੀਓ ਤੋਂ ਹੋਈ ਹੈ ਆਮ ਮੈਂ ਕੋਵੈਂਟਰੀ ਦੇ ਰੇਡੀਓ ਸਟੇਸ਼ਨ ਰੇਡੀਓ 5 ਤੇ ਕੰਮ ਕਰਦੀ ਸੀਗੀ ਆਬਵਿਸੀ ਉਹ ਫੈਮਿਲੀ ਰੇਡੀਓ ਸਟੇਸ਼ਨ ਹੈ ਸੋ ਈ ਵਦੋਂ ਨਵਾਂ ਨਵਾਂ ਸ਼ੁਰੂ ਹੋਇਆ ਸੀ ਇੰਸਟਾਗ੍ਰam ਲਾਈਵ ਐਂ ਮੈਂ ਲਾਈਵ ਹੋ ਜਾਂਦੀ ਹੁੰਦੀ ਸੀ ਕਿਉਂਕਿ ਮੈਨੂੰ ਬੜਾ ਸ਼ੌਂਕ ਹੁੰਦਾ ਸੀ ਕਿ ਲਾਈਵ ਹੋਣਾ ਤੇ ਆਈ ਥਿੰਕ ਉੱਥੇ ਡਾਇਰੈਕਟਰ ਜਿਹੜੇ ਸੀਗੇ ਉਸ ਮਿਊਜ਼ਿਕ ਵੀਡੀਓ ਦੇ ਉਹਨਾਂ ਨੇ ਸਰਤਾਜ ਨੂੰ ਸੈਂਡ ਕੀਤੀ ਸੀਗੀ ਉਹ ਆ ਉਹ ਵੀਡੀਓ ਥੋੜਾ ਲਾਈਵ ਪੇ ਜਾਈ ਐਂ ਉਹ ਕਹਿੰਦੇ ਕਿ ਇਹਨਾਂ ਨੂੰ ਆਪਾਂ ਲੈ ਮੇ ਆ ਸੋ ਸਰਤਾਜ ਜੀ ਨੇ ਬਹੁਤ ਜ਼ਿਆਦਾ ਲਾਈਕ ਪਸੰਦ ਕੀਤਾ ਫਿਰ ਮੈਨੂੰ ਉਹਨਾਂ ਦਾ ਕਾਲ ਆਇਆ ਸੀਗਾ ਐਂ ਉਦੋਂ ਅਸੀਂ ਉਡਾਰੀਆਂ ਇੱਥੇ ਹੀ ਹੋਇਆ ਆ ਸ਼ੂਟ ਦਾ ਆ ਗਿਆ ਅੱਛਾ ਇੱਥੇ ਹੀ ਬਿਲਕੁਲ ਠੀਕ ਹੈ ਠੀਕ ਹੈ ਅੱਛਾ ਹੁਣ ਆਪਾਂ ਜੇ ਗੱਲ ਤੇ ਇਥੋਂ ਤੱਕ ਪਹੁੰਚਣ ਤੱਕ ਕਿੰਨਾ ਕੁ ਸਟਰਗਲ ਹੈਗਾ ਖਾਸ ਤੌਰ ਤੇ ਇੱਕ ਫੀਮੇਲ ਆਰਟਿਸਟ ਵਾਸਤੇ ਹੈ ਨਾ ਪੰਜਾਬੀ ਇੰਡਸਟਰੀ 'ਚ ਅਸੀਂ ਬਹੁਤ ਕੁਝ ਸੁਣਦੇ ਹਾਂ ਨਾ ਕਾਫੀ ਨਿਊਜ਼ ਆਉਂਦੀਆਂ ਵੀ ਹੈ ਕਿ ਕੁੜੀਆਂ ਦੇ ਨਾਲ ਇਸ ਤਰ੍ਹਾਂ ਵੀ ਹੁੰਦਾ ਹੈ ਉਹ ਵੀ ਹੁੰਦਾ ਇੱਦਾਂ ਵੀ ਹੁੰਦਾ ਬਹੁਤ ਸਟਰਗਲ ਜਿਆਦਾ ਕਰਨੀ ਪੈਂਦੀ ਹੈ ਸੋ ਕਿਦਾਂ ਦਾ ਮਾਹੌਲ ਹੈਗਾ ਪੰਜਾਬੀ ਇੰਡਸਟਰੀ ਦੇ ਵਿੱਚ ਆਈ ਥਿੰਕ ਦਿਲਜੀਤ ਜੀ ਆਬਵੀਸਲੀ ਕਿਉਂਕਿ ਮੈਂ ਯੂਕੇ ਦੀ ਵੀ ਆ ਸੋ ਇੱਕ ਸਟਰਗਲ ਵੈਸੀ ਵੀ ਐਡ ਆਨ ਹੋ ਜਾਂਦਾ ਹੈ ਇੱਕ ਤਾਂ ਮੈਂ ਕੁੜੀਆਂ ਉਤੋਂ ਦੀ ਮੈਂ ਯੂਕੇ ਦੀ ਆ ਸੋ ਇੱਕ ਤਾਂ ਸਾਨੂੰ ਹਮੇਸ਼ਾ ਆਊਟਸਾਈਡਰ ਵਾਂਗੂ ਟਰੀਟ ਕੀਤਾ ਜਾਂਦਾ ਅੱਛਾ ਅਮ ਬਾਰੂ ਆਇਆ ਪੰਜਾਬ ਦੇ ਨਹੀਂ ਹੈਗੇ ਪਰ ਜਦੋਂ ਫਿਰ ਅਸੀਂ ਇੱਥੇ ਹੁੰਨੇ ਆ ਇਹ ਇੱਥੇ ਦੇ ਨਹੀਂ ਹੈਗੇ ਸੋ ਇਟਸ ਜਸਟ ਲਾਈਕ ਦਿਸ ਕਨਸਟੈਂਟ ਸਟਰਗਲ ਥੈਟ ਵੀ ਹੈਵ ਟੂ ਗੋ ਥਰੂ ਬਟ ਔਨ ਦ ਸੇਮ ਟਾਈਮ ਆ ਫੀਲ ਲਾਈਕ ਇਹ ਕੁੜੀਆਂ ਲਈ ਮੁਸ਼ਕਿਲ ਤੁਸੀਂ ਆਪ ਹੀ ਬਣਾਉਨੇ ਹੋ ਸੋ ਇਹ ਤੁਹਾਡਾ ਖੁਦ ਅੰਦਰ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਇੰਡਸਟਰੀ ਚ ਗਰੋ ਕਰਨਾ ਚਾਹੁੰਦੇ ਹੋ ਕਿਸ ਤਰ੍ਹਾਂ ਵਧਣਾ ਚਾਹੁੰਦੇ ਹੋ ਇਹ ਸਾਰਾ ਆਪਣੇ ਹੱਥ ਦੇ ਵਿੱਚ ਹੈ ਕੋਈ ਵੀ ਆ ਤੁਹਾਨੂੰ ਮਜਬੂਰੀ ਦੇ ਵਿੱਚ ਨਹੀਂ ਕਰਵਾਉਂਦਾ ਕੁਝ ਵੀ ਮੈਨੂੰ ਮੇਰੀਆਂ ਫਿਲਮਾਂ ਮਿਲੀਆਂ ਨੇ ਇਸ ਬਿਕਾਜ਼ ਆਈ ਆਡਿਸ਼ਨ ਮੈਂ ਦਿਨ ਰਾਤ ਆਡਿਸ਼ਨ ਕੀਤੇ ਨੇ ਸ਼ਦਮਾ ਲਈ ਮੈਂ ਆਈ ਡੋਟ ਨੋ ਮੈਂ ਕਿੰਨੀ ਫਿਲਮਾਂ ਲਈ ਆਡਿਸ਼ਨ ਕਰ ਦਿੱਤੇ ਨੇ ਬਟ ਸਾਨੂੰ ਫਿਲਮਾਂ ਅਪਰੋਚ ਵੀ ਹੁੰਦੀਆਂ ਸੀ ਜਾਂ ਤਾਂ ਵੀ ਮੈਂ ਆਡਿਸ਼ਨ ਭੇਜਦੀ ਹਾਂ ਹਨਾ ਆਮ ਸੋ ਆਈ ਥਿੰਕ ਇਟਸ ਸਟਰਗਲ ਹੈ ਪਰ ਤੁਸੀਂ ਆਪਣੇ ਆਪ ਨਾਲ ਕਿੰਦਾ ਡੀਲ ਕਰਦੇ ਆਪਣੇ ਆਪ ਨੂੰ ਕਿੰਦਾ ਕੈਰੀ ਕਰਦੇ ਉੱਤੇ ਵੀ ਬਹੁਤ ਜਨਾ ਬੇਸ ਇਸ ਅ ਲੋਟ ਔਨ ਥੈਟ ਐਸ ਵੈਲ ਕਿ ਪੀਪਲ ਸੀ ਆਪਣੇ ਆਪ ਨੂੰ ਕਿੰਦਾ ਕੈਰੀ ਕਰਦੇ ਆ ਅੱਛਾ ਹੁਣ ਕੁਝ ਟੀਮਸ ਬਣ ਚੁੱਕੀਆਂ ਨੇ ਪੰਜਾਬ ਦੇ ਵਿੱਚ ਨਾ ਨਾਮ ਲੈ ਤੋਂ ਬਿਨਾਂ ਮੈਂ ਗੱਲ ਕਰਦਾ ਕਾਫੀ ਫੇਮਸ ਨੇ ਉਹਨਾਂ ਦੀਆਂ ਫਿਲਮਾਂ ਲਗਾਤਾਰ ਆਉਂਦੀਆਂ ਰਹਿੰਦੀਆਂ ਕੰਟੀਨਿਊਸ ਹੈ ਨਾ ਸੋ ਉਹਨਾਂ ਨੇ ਉਹਨਾਂ ਬਾਰੇ ਗੱਲ ਇਹ ਹੁੰਦੀ ਹੈ ਕਿ ਉਹਨਾਂ ਨੇ ਇੱਕ ਟੀਮ ਬਣਾਈ ਹੋਈ ਹੈ ਉਸ ਤੋਂ ਬਾਹਰ ਹੋ ਜਾਂਦੇ ਹੀ ਨਹੀਂ ਹੈ ਸੋ ਨਵੇਂ ਚਿਹਰਿਆਂ ਦਾ ਫਿਰ ਬਹੁਤਾ ਮੁਸ਼ਕਲ ਹੈ ਮੇਰੇ ਹਿਸਾਬ ਦੇ ਨਾਲ ਚਾਈ ਕੁੜੀਆਂ ਚਾਹੀਦੀਆਂ ਯਾ ਆ ਮੀਨ ਔਖਾ ਤਾਂ ਹੈ ਬਿਕੋਜ਼ ਸੀ ਮੈਂ ਨਹੀਂ ਕਹਾਂਗੀ ਕਿ ਟੀਮਾਂ ਬੜੀਆਂ ਨੇ ਬਟ ਸਾਰੇ ਕੰਫਰਟ ਲੈਵਲ ਦੇ ਵਿੱਚ ਨੇ ਕਿਉਂਕਿ ਆਬਵੀਅਸਲੀ ਇੱਕ ਇਸਟੈਬਲਿਸ਼ ਫੇਸ ਤੇ ਇੱਕ ਨਵੇਂ ਫੇਸ ਦੇ ਵਿੱਚ ਬਹੁਤ ਫਰਕ ਹੈ ਕਮਰਸ਼ੀਅਲੀ ਅਮ ਤੁਸੀਂ ਚਾਹੋਗੇ ਕਿ ਤੁਹਾਡਾ ਫੇਸ ਜਿਹੜਾ ਕਮਰਸ਼ੀਅਲ ਵੀ ਹੋਵੇ ਜੇ ਤੁਹਾਡੀ ਪਿਕਚਰ ਲੱਗ ਰਹੀ ਹੈ ਲਾਈਕ ਥੀਏਟਰਾਂ ਦੇ ਵਿੱਚ ਯੂਕੇ ਦੇ ਵਿੱਚ ਕੋਈ ਦੇਖਣ ਜਾ ਰਿਹਾ ਹੈ ਇਹ ਨੈਸੈਸਰੀ ਨਹੀਂ ਕਿ ਉਹਨਾਂ ਨੇ ਨਵਾਂ ਫੇਸ ਦੇਖਣ ਜਾਣਾ ਹੈ ਕਿਉਂਕਿ ਆਪਾਂ ਵੈਸੇ ਵੀ ਬਹੁਤ ਪਿੱਕੀ ਆ ਯੂਕੇ ਆ ਰਹੇ ਸੋ ਇਹ ਸਭ ਤੋਂ ਮੇਨ ਆਡੀਅנס ਮੈਂ ਕਹਿ ਸਕਦੀ ਹਾਂ ਜੇ ਯੂਕੇ ਨੂੰ ਕੋਈ ਫੇਸ ਪਸੰਦ ਹੈ ਤਾਂ ਇਹ ਉਹ ਫਿਲਮ ਆਈ ਥਿੰਕ ਵਧੀਆ ਹੈ ਬਟ ਪੰਜਾਬ ਦੇ ਵਿੱਚ ਇਨਾ ਹੈਗਾ ਆ ਕਿ ਕੰਫਰਟ ਜਿੰਦਾ ਮੈਂ ਮੈਂਸ਼ਨ ਕੀਤਾ ਕੰਫਰਟ ਲੈਵਲ ਆਇਕ ਸ਼ਾਇਦ ਉਹਦੇ ਕਰਕੇ ਥੋੜਾ ਨਵੇਂ ਫੇਸਿਸ ਨੂੰ ਥੋੜਾ ਰਿਸਕ ਬਟ ਹੁੰਦਾ ਬਹੁਤ ਆ ਰਹੇ ਨੇ ਸਾਡੀ ਇੰਡਸਟਰੀ ਦੇ ਵਿੱਚ ਕੁੜੀਆਂ ਵੀ ਨਵੀਆਂ ਆ ਰਹੀਆਂ ਨੇ ਮੁੰਡੇ ਧੀਰਜ ਕੁਮਾਰ ਇਨਾ ਵਧੀਆ ਐਕਟਰ ਹੈ ਉਹ ਨਵਾਂ ਫੇਸ ਹੈ ਕੰਪਲੀਟਲੀ ਉਹ ਬੀਜ ਨਵਾਂ ਫੇਸ ਹੈ ਉਹ ਵੀ ਆ ਰਹੇ ਨੇ ਸੋ ਹੈ ਆਈ ਡੋਨਟ ਥਿੰਕ ਟੀਮਾ ਨੈਸੈਸਰਲੀ ਬੜੀਆਂ ਕਿ ਪੀਜੀ ਕਿੰਨੇ ਫੇਸਿਸ ਲਾਂਚ ਕਰ ਰਹੇ ਨੇ ਐਵਰੀ ਏ ਕਿੰਨੀਆਂ ਫਿਲਮਾਂ ਲਾਂਚ ਕਰ ਰਹੇ ਨੇ ਅਮ ਸ਼ੈਡ ਰਿਸਕ ਲੈਣ ਤੋਂ ਡਰ ਜਾਂਦੇ ਨੇ ਸਾਰੇ ਯਾ ਕਿਉਂਕਿ ਪੈਸੇ ਦੀ ਵੀ ਗੱਲ ਹੁੰਦੀ ਹੈ ਬਹੁਤ ਸਾਰਾ ਪੈਸਾ ਲੱਗਦਾ ਹੈ ਤੇ ਫਿਰ ਇਹ ਹੀ ਹੁੰਦਾ ਕਿ ਨਵੇਂ ਫੇਸ ਦੀ ਜਗ੍ਹਾ ਜੇ ਕਮਰਸ਼ੀਅਲ ਪਹਿਲਾਂ ਤੋਂ ਚੱਲਦਾ ਹੋਇਆ ਫੇਸ ਹੈ ਜੈਡਰੀ ਹੈ ਇਹ ਗੱਲ ਯਾ ਉਹ ਦੁੱਤੀ ਹੈ ਅੱਛਾ ਇਸ ਤੋਂ ਬਾਅਦ ਹੁਣ ਜੇ ਮੈਂ ਗੱਲ ਕਰਾਂ ਤੁਸੀਂ ਯੂਕੇ ਤੋਂ ਤੁਸੀਂ ਦੱਸਿਆ ਕਿ ਇਸ ਤਰੀਕੇ ਦੇ ਨਾਲ ਉੱਥੇ ਤੱਕ ਪਹੁੰਚੇ ਹੋ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਤੁਹਾਨੂੰ ਫੋਲੋ ਕਰਦੀਆਂ ਹਨ ਉਹ ਵੀ ਚਾਹੁੰਦੀਆਂ ਨੇ ਕਿ ਇਹ ਇੰਡਸਟਰੀ ਦੇ ਵਿੱਚ ਜਾਣਾ ਹੈ ਉਹ ਕਿਵੇਂ ਜਾ ਸਕਦੀਆਂ ਕੀ ਕੀ ਰਸਤੇ ਉਹਨਾਂ ਨੂੰ ਚੁਣਨੇ ਚਾਹੀਦੇ ਆ ਮੈਂ ਤਾਂ ਇਹ ਚਾਹੂੰਗੀ ਕਿ ਯੂਕੇ ਦੀ ਜਿੰਨਾ ਵੀ ਟੈਲੈਂਟ ਆ ਆਈ ਥਿੰਕ ਦੀ ਯੂਕੇ ਇਜ਼ ਦਾ ਮੋਸਟ ਟੈਲੈਂਟਡ ਪਲੇਸ ਆ ਹਵ ਟੂ ਸੇ ਵੈਨ ਡਿਡਸ ਯੂਕੇ ਪੰਗਰਾ 뮤직 ਵੈਦਰ ਇਟਸ ਦਾ ਟੈਲੈਂਟ ਵੀ ਹੈ ਬਹੁਤ ਚੀਜ਼ਾਂ ਯੂਕੇ ਤੋਂ ਸਟਾਰਟ ਹੋਈਆਂ ਨੇ um there was a massive collaboration between sindhu musala mist and no britisha okay. de through hua si um jinna talent itthe hai je oh jana chahunda i think they should completely try bis sai tareeke de naal jaan okay um shortcuts leke tusi shayad saal do saal kadh lungge but je tusi thoda ik uh, kehndi nahi hunde ke ਲੰਬੀ ਰੇਸ ਦਾ ਘੋੜਾ ਉਹੀ ਹੁੰਦਾ ਜਿਹੜਾ ਥੋੜਾ ਹੌਲੀ ਚੱਲਦਾ ਹੈ ਸੋ ਹੌਲੀ ਹੌਲੀ ਚਲੋ ਸਟੈਪ ਬਾਈ ਸਟੈਪ ਆਈ ਥਿੰਕ ਦੈਟਸ ਦ ਮੇਨ ਥਿੰਗ ਐਂਡ ਸਹੀ ਤਰੀਕੇ ਦੇ ਨਾਲ ਜਾਓ ਸਹੀ ਲੋਕਾਂ ਨੂੰ ਚੁਣੋ ਆਮ ਆਡੀਸ਼ਨ ਕਰੋ ਜਿੰਨਾ ਕਹਿ ਸਕਦੇ ਆ ਕੁੜੀਆਂ ਮੈਨੂੰ ਬਹੁਤ ਪੁੱਛਦੀਆਂ ਰਹਿੰਦੀਆਂ ਨੇ ਕਿ ਕਿਦਾਂ ਤੁਸੀਂ ਕੀਤਾ ਮੈਂ ਆਡੀਸ਼ਨ ਕਰਕੇ ਗਈ ਆ ਇਦਾਂ ਨਹੀਂ ਕਿ ਮੈਂ ਮੈਸੇਜ ਕਰਦੀ ਸੀ ਜੋ ਕੁਝ ਵੀ ਆਬਵੀਸਲੀ ਬ੍ਰਿਟਿਸ਼ਆ ਦੇ ਥਰੂ ਵੀ ਮੈਂ ਬਹੁਤ ਐਕਟਿਵ ਨੂੰ ਪ੍ਰੋਡਿਊਸਰ ਨੂੰ ਮਿਲੀ ਆ ਬਟ ਇਦਾਂ ਸਿਗਾ ਕਿ ऑडिशन फेयर भी जरूरी है एंड सीखो आई थिंक सब ਤੋਂ ਮੇਨ ਗੱਲ ਹੈ ਸਿੱਖੋ ਆਈ ਹੈਵ ਸਪੋਕਨ ਟੂ ਸੋ ਮਨੀ ਪੀਪਲ ਲਿਟੇ ਵੀ ਸਿੱਖ ਕੇ ਜਾਓਗੇ ਤਾਂ ਤੁਹਾਨੂੰ ਕਦੀ ਵੀ ਇਦਾਂ ਨਹੀਂ ਹੋਊਗਾ ਕਿ ਤੁਸੀਂ ਕਾਮਯਾਬ ਨਹੀਂ ਹੋਵੋਗੇ ਜੀ ਯਾ ਅੱਛਾ ਟਿਕਟੌਕ ਸਟਾਰ ਹੋਣ ਦੇ ਵਿੱਚ ਤੇ ਪ੍ਰੈਕਟੀਕਲ ਹੋਣ ਦੇ ਵਿੱਚ ਕਿੰਨਾ ਕੁ ਫਰਕ ਆਏਗਾ ਟਿਕਟੌਕ ਸਟਾਰ ਤੇ ਪ੍ਰੈਕਟੀਕਲ ਹੋਣ ਦੇ ਵਿੱਚ ਕੀ ਮਤਲਬ ਹੈ ਜਿਵੇਂ ਤੁਸੀਂ ਪ੍ਰੈਕਟੀਕਲ ਵਿਚਾਰਨਾ ਹੈ ਨਾ ਆਪਣੇ ਕਿਉਂਕਿ ਇੱਕ ਟਿਕਟੌਕ ਸਟਾਰ ਇੱਕ ਨਵੀਂ ਚੀਜ਼ ਆ ਰਹੀ ਹੈ ਨਾ ਆਈ ਥਿੰਕ ਟਿਕਟੌਕ ਇਜ਼ ਅ ਵੈਰੀ ਗੁੱਡ ਥਿੰਗ ਅੱਛਾ ਆਈ ਹਵ ਟੂ ਸੇ ਹਮੇਂ ਇਹੀ ਪੁੱਛਣਾ ਚਾਹਣਾ ਕਿ ਕਿੰਨੀ ਕ ਕਾਮਯਾਬੀ ਉਹਦੇ ਵਿੱਚ ਹੈਗੀ ਹੈ ਟਿਕਟੌਕ ਨੇ ਬਹੁਤ ਲੋਕਾਂ ਨੂੰ ਜੌਬ ਦਿੰਦੀ ਹੈ ਇਨਕਮ ਦਿੰਦੀ ਹੈ ਬਹੁਤ ਸਾਰਾ ਟੈਲੈਂਟ ਮੋਰੇ ਵੀ ਆਇਆ ਹੈ ਆਈ ਥਿੰਕ ਇੰਡੀਆ ਦਾ ਬਹੁਤ ਟੈਲੈਂਟ ਮੋਰੇ ਆਇਆ ਸੀ ਜਿਹੜਾ ਇੰਡੀਆ ਦੇ ਵਿੱਚ ਸੀਗਾ ਬਟ ਆਬਵੀਅਸਲੀ ਟਿਕਟੌਕ ਤੇ ਸਿਰਫ ਆ ਨੱਕ ਫੇਸ ਤੁਹਾਡਾ ਦਿਸਦਾ ਹੈ ਤੇ ਤੁਸੀਂ ਜਿੰਨੀ ਮਰਜ਼ੀ ਲਾਈਟਿੰਗ ਲਾ ਕੇ ਜੋ ਮਰਜ਼ੀ ਕਰਕੇ ਐਡਿਟ ਕਰਕੇ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਆ ਜਦੋਂ ਤੁਸੀਂ ਵੱਡੀ ਸਕਰੀਨ ਤੇ ਆਉਨੇ ਆ ਤਾਂ ਤੁਹਾਡਾ ਸਾਰਾ ਚਿਹਰਾ ਐਡਾ ਵੱਡਾ ਦਿਸਦਾ ਹੈ ਸਕਰੀਨ ਤੇ ਤਾਂ ਉਹਦੇ ਵਿੱਚ ਬਹੁਤ ਫਰਕ ਹੈ ਸੋ ਯੂ ਹੈਵ ਟੂ ਬੀ ਦੈਟਸ ਵਾਈ ਆ ਸੈਡ ਕਿ ਸਿੱਕ ਕੇ ਜਾਓ ਆਬਵੀਸਲੀ ਸਿੱਕ ਕੇ ਜਾਣਾ ਚਾਹੀਦਾ ਟਿਕਟੌਕ ਦੇ ਨਾਲ ਇੱਕ ਚੀਜ਼ ਹੁੰਦੀ ਹੈ ਉਹ ਸ਼ਾਇਦ ਨਿਕਲ ਜਾਂਦੀ ਹੈ ਯਾ ਤੁਸੀਂ ਥੋੜੇ ਕੰਫੀਡੈਂਟ ਹੋ ਜਾਂਦੇ ਆ ਬਟ ਆਈ ਥਿੰਕ ਉਹਦੇ ਵਿੱਚ ਤੇ ਇਹਦੇ ਵਿੱਚ ਬਹੁਤ ਫਰਕ ਹੈ अच्छा जी ਤੁਹਾਡੀ ਹੋਬੀਜ਼ ਬਾਰੇ ਮੈਂ ਗੱਲ ਕਰਾਂ ਐਕਟਿੰਗ ਹੋ ਗਈ ਬਾਕੀ ਵੀ ਚੀਜ਼ਾਂ ਹੋ ਗਈਆਂ ਇਸ ਤੋਂ ਇਲਾਵਾ ਰਾਜੋਕਰਨ ਕੀ ਕੀ ਮੈਨੂੰ ਸਿਰਫ ਐਕਟਿੰਗ ਪਸੰਦ ਹੈ ਮੈਨੂੰ ਸਿਰਫ ਐਕਟਿੰਗ ਪਸੰਦ ਹੈ ਮੈਂ ਆਹ ਪੀਣਾ ਕੁਛ ਨਹੀਂ ਖਾਣ ਦਾ ਤਾਂ ਸ਼ੌਕ ਆ ਰਿਆ ਨਹੀਂ ਹੁੰਦਾ ਆ ਮੈਨੂੰ ਪੰਜਾਬੀ ਖਾਣਾ ਆਪਣਾ ਬਹੁਤ ਪਸੰਦ ਹੈ ਛੋਲੇ ਠੂੜਿਆਂ ਦਾ ਮੇਰਾ ਇੰਨਾ ਮਨ ਕਰ ਰਿਹਾ ਦੋ ਤਿੰਨ ਦਿਨ ਹੋ ਗਏ ਲੱਗਦਾ ਤਾਂ ਨਹੀਂ ਤੁਸੀਂ ਛੋਲੇ ਠੂੜੇ ਨਹੀਂ ਮੈਂ ਬਹੁਤ ਖਾਨੀ ਆ ਮੇਰੀ ਮਮ ਜਿਹੜੇ ਨੇ ਉਹ ਮੈਨੂੰ ਬਹੁਤ ਕੇਖ ਖਲੋਂਦੇ ਆ ਦਾਣਾ ਖਲੋਂਦੇ ਮੈਨੂੰ ਮਸਰਾਂ ਦੀ ਦਾੜ ਬਹੁਤ ਪਸੰਦ ਆ ਹੈ ਮੈਨੂੰ ਚਟਨੀ ਬਹੁਤ ਪਸੰਦ ਆ। ਕੀ ਬਾਤ ਹੈ। ਮੈਂ ਰੋਟੀ ਰੋਜ਼ ਰੋਟੀ ਖਾਂਦੀ ਆ ਮੈਂ ਮੈਂ ਕੁਝ ਇੰਦਾ ਨਹੀਂ ਖਾਂਦੀ ਕਿ ਫੈਂਸੀ ਖਾਵਾਂ ਡਾਇਟ ਆ ਜਦੋਂ ਮੇਰਾ ਕੁਝ ਵੀ ਤੁਸੀਂ ਹੁਣ ਕੁੜੀਆਂ ਨੂੰ ਮੈਂ ਖਾਸ ਤੌਰ ਤੇ ਕਹੂੰਗਾ ਜਾਂ ਫਿਰ ਉਹ ਲੋਕ ਜਿਹੜੇ ਸਲਿਮ ਹੋਣਾ ਚਾਹੁੰਦੇ ਉਹਨਾਂ ਨੂੰ ਕਨਫਿਊਜ਼ ਕਰਦੇ ਪਏ। ਨਹੀਂ ਤੁਸੀਂ ਕਿ ਖਾ ਸਕਦੇ ਕਿ ਇੰਦਾ ਵਧੀਆ ਹੁੰਦਾ ਹੈ। ਛੋਲੇ ਭਟੂਰੇ। ਛੋਲੇ ਭਟੂਰੇ ਵੀ ਕਦੇ-ਕਦੇ ਦਾ ਹੁਣ ਦੇਖੋ ਜੇ ਤੁਸੀਂ ਕਿਸੇ ਵੀ ਚੀਜ਼ ਦਾ ਲਾਈਕ ਜ਼ਿਆਦਾ ਅਮਾਉਂਟ ਬਿਲਕੁਲ ਕੰਜ਼ਿਊਮ ਕਰਦੇ ਹੋ ਉਹ ਹਰ ਇੱਕ ਚੀਜ਼ ਮਾੜੀ ਹੁੰਦੀ ਆ। ਹੁਣ ਜੇ ਮੈਂ ਉਹ ਲਿਆ ਉਹਨੂੰ ਕਿ ਇਹ ਖਾਈ ਜਾਵਾ ਆਬਵੀਅਸly ਉਹ ਕਿਤੇ ਨਾ ਕਿਤੇ ਤਾਂ ਲੱਗਣਾ ਹੀ ਐ ਬਟ ਥੋੜਾ ਥੋੜਾ ਕਿ ਜਾਂ ਤੁਸੀਂ ਸ਼ੋ ਲਿਪ ਟੂਰੇ ਰੋਜ਼ ਖਾ ਲੈਨੇ ਉਹ ਤਾਂ ਆਬਵੀਅਸly ਹੁਣ ਮੈਂਦਾ ਕਿਤੇ ਤਾਂ ਲੱਗਣਾ ਹੀ ਐ ਬਟ ਇੱਕ ਅੰਧਾ ਦਿਨ ਲਾ ਲਿਆ ਤੇ ਤੁਸੀਂ ਜੇ ਐਕਸਰਸਾਈਜ਼ ਕਰਦੇ ਆ ਨਾ I think ਉਹ ਹਮ ਇਟਸ ਨਾਟ ਅਨ ਹੈਲਥੀ ਯਾ ਮਤਲਬ ਕਿ ਠੀਕ ਠਾਕ ਸਿਸਟਮ ਦੇ ਵਿੱਚ ਸਾਲੇ ਆਪਣੀ ਪੰਜਾਬੀਆਂ ਦਾ ਤਾਂ ਹੈ ਹੀ ਸ਼ੌਂਕ ਖਾਣਾ ਪੀਣਾ ਸੋ ਲੱਗਣਾ ਵੀ ਚਾਹੀਦਾ ਕਿ ਤੁਸੀਂ ਪੰਜਾਬੀ ਘਰਾਨੇ ਦੇ ਵਿੱਚ ਜੀ 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 ਬਿਲਕੁਲ ਬਿਲਕੁਲ ਹਾਂ ਇਹ ਤਾਂ ਗੱਲ ਹੈਗੀ ਐ अच्छा हुन जेडी ਤੁਹਾਡੀ ਫਿਲਮ 8 ਮਾਰਚ ਨੂੰ ਰਿਲੀਜ਼ ਹੋ ਰਹੀ ਹੈ ਸੀ ਉਹਦੇ ਬਾਰੇ ਗੱਲ ਕਰੀਏ ਸਾਡੇ ਦਰਸ਼ਕ ਵੀ ਜਾਨਣਾ ਚਾਹਣਗੇ ਕਿਉਂਕਿ ਇੱਕ ਫਿਲਮ ਦੇਖੀ ਹੁਣ ਦੂਸਰੀ ਉਡੀਕ ਦੇ ਵਿੱਚ ਨੇ ਸੋ ਉਹਦੇ ਬਾਰੇ ਜ਼ਰੂਰ ਦੱਸੋ ਮਿੱਤਰਾਂ ਦਾ ਨਾਂ ਚੱਲਦਾ 8 ਮਾਰਚ ਨੂੰ ਆ ਰਹੀ ਹੈ ਸਾਡੀ ਫਿਲਮ ਕਿਪੀ ਜੀ ਉਹਦੇ ਵਿੱਚ ਲੀਡ ਨੇ ਸਾਡੇ ਨਾਲ ਰੀਨੂ ਇੱਕ ਐਕਟਰ ਫਰਮ ਬੰਬਈ ਐਂਡ ਤਾਨੀਆ ਤਾਨੀਆ ਨੂੰ ਤਾਂ ਫਿਲਮਾਂ ਦੇ ਵਿੱਚ ਵੇਖਿਆ ਹੀ ਹੈ ਇਹ ਫਿਲਮ ਮੈਂ ਆਈ ਥਿੰਕ ਮੈਨੂੰ ਸਭ ਤੋਂ ਜ਼ਿਆਦਾ ਹੁੰਦਾ ਕਿ ਸਕ੍ਰਿਪਟ ਕਿਹੋ ਜਿਹੀ ਹੈ ਮੈਂ ਅਜੇ ਬਹੁਤ ਨਵੀਂ ਆ ਬਟ ਮੈਨੂੰ ਫੇਰ ਵੀ ਇਹ ਹੈ ਕਿ ਮੈਨੂੰ ਜਿਹੜਾ ਸਬਜੈਕਟ ਹੈ ਉਹ ਕੀ ਰੈਪਰੈਜ਼ੈਂਟ ਕਰ ਰਿਹਾ ਵਾਟਸ ਦਾ ਮੋਟਿਵੇ ਕਿ ਆਪਾਂ ਕੀ ਮੈਸੇਜ ਦੇ ਰਹੇ ਹਾਂ ਬਿਕੋਜ਼ ਕਿਤੇ ਨਾ ਕਿਤੇ ਐਂਟਰਟੇਨਮੈਂਟ ਪ੍ਰਭਾਵ ਪਾਉਂਦਾ ਹੈ ਜਨਰੇਸ਼ਨਸ ਤੇ ਸੋ ਇਹ ਫਿਲਮਿਕ ਇਹੋ ਜੀ ਫਿਲਮ ਹੈ ਜਿਹਦੇ ਵਿੱਚ ਕਿਰਦਾਰ ਮੇਰਾ ਵਨ ਡਿਫਰੈਂਟ ਹੈ ਮੈਂ ਇਹੋ ਜਾਂ ਕਦੇ ਨਹੀਂ ਸੋਚਿਆ ਕਿ ਮੈਨੂੰ ਕਿਰਦਾਰ ਮਿਲੂਗਾ ਬਪਕਜ ਸਾਡੇ ਡਾਇਰੈਕਟਰ ਬਪਕਜ ਬਤਰਾ ਉਹਨਾਂ ਨੇ ਬਲੀਵ ਕੀਤਾ ਕਿ ਮੈਂ ਕਰ ਸਕਦੀ ਹਾਂ ਇੱਕ ਕੁੜੀਆਂ ਦੀ ਸਟਰਗਲ ਦੀ ਕਹਾਣੀ ਹੈ ਇਟਸ ਐਕਚੁਅਲੀ ਰੀਲੀਜ਼ਿੰਗ ਔਨ ਇੰਟਰਨੈਸ਼ਨਲ ਔਮਨਸ ਡੇ ਐਸ ਵੈਲ ওকে ਉਮ ਕਿਵੇਂ ਕੁੜੀਆਂ ਚੰਡੀਗੜ੍ਹ ਜਾਂ ਜਾਂਦੀਆਂ ਨੇ ਪਿੰਡਾਂ ਤੋਂ ਉੱਠ ਕੇ ਜਦੋਂ ਜਾਂਦੀਆਂ ਨੇ ਉਹਨਾਂ ਨੂੰ ਕੀ ਸਟਰਗਲ ਫੇਸ ਕਰਨੀ ਪੈਂਦੀ ਹੈ ਕੁੜੀਆਂ ਲਈ ਵੈਸੇ ਵੀ ਥੋੜਾ ਜਿਹਾ ਔਖਾ ਰਿਹਾ ਹੈ ਹੁਣ ਤਾਂ ਓਬਵੀਅਸਲੀ ਦਰ ਇਸ ਅ ਲੋਟ ਆਫ ਗ੍ਰੋਥ ਆਈ ਆ ਕੈਨਟ ਸੇ ਲਾਈਕ ਕੋਰਨ ਅਪਨ ਆਲਮੋਸਟ ਉਹੀ ਰਾਈਟਸ ਮਿਲਦੇ ਨੇ ਜਿੰਨੇ ਦਿਸ ਰੂਮ ਫॉर ਇੰਪਰੂਵਮੈਂਟ ਬਟ ਆਈ ਥਿੰਕ ਅਪ ਉਸ ਮੁਕਾਂਤ ਤੇ ਪਹੁੰਚ ਰਹੇ ਆ ਜਿੱਥੇ ਸਾਨੂੰ ਇੱਕ ਰਿਸਪੈਕਟ ਮਿਲਦੀ ਹੈ ਉਮ ਸ਼ਾਇਦ ਇੰਡਸਟਰੀ ਦੇ ਵਿੱਚ ਰਿਸਪੈਕਟ ਹੋਰ ਮਿਲ ਸਕਦੀ ਹੈ ਬਟ ਦੈਟਸ ਅ ਡਿਫਰੈਂਟ ਟਾਪਿਕ ਉਮ ਸੋ ਉਹ ਇੱਕ ਇਹੋ ਜੀ ਕਹਾਣੀ ਹੈ I think ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਅਜੇ ਵੀ ਬਹੁਤ ਰੂਮ ਹੈ ਫॉर ਇੰਪਰੂਵਮੈਂਟ ਸਰਟਨਲੀ ਜਦੋਂ ਔਰਤਾਂ ਦੀ ਗੱਲ ਆਉਂਦੀ ਹੈ ਮੈਨੂੰ ਲੱਗਦਾ ਕਿਤੇ ਨਾ ਕਿਤੇ ਫੇਰ ਵੀ ਇੱਕ ਡਿਸਰਿਸਪੈਕਟ ਜਾਂ ਇੱਕ ਡੀਰੋਗਟਰੀ ਵੇ ਦੇ ਨਾਲ ਗੱਲ ਹੁੰਦੀ ਹੈ ਸੋ ਉਹ ਇਹੋ ਜੀ ਕਹਾਣੀ ਹੈ ਜਿਹਨੂੰ ਉਹ ਹਾਈਲਾਈਟ ਕਰਦੀ ਹੈ ਕਿਵੇਂ ਉਹ ਕੁੜੀਆਂ ਕਿਸੇ ਪ੍ਰੋਬਲਮਸ ਫਸਦੀਆਂ ਨੇ ਤੇ ਕੌਣ ਉਹਨਾਂ ਨੂੰ ਵਿੱਚੋਂ ਕਢਾਉਂਦਾ ਹੈ ਸੋ ਇਹੋ ਜੀ ਕਹਾਣੀ I think ਉਸਟਸ ਤੋਂ ਲੈ ਕੇ ਸਾਰੀ ਕਨਫਿਊਜ਼ ਨੇ ਕਿ ਕਿਹੋ ਜੀ ਕਹਾਣੀ ਹੈ ਉਹ ਤਾਂ ਇੱਕ ਬਹੁਤ ਅ ਇੰਪੋਰਟੈਂਟ ਹੈ ਆਈ ਥਿੰਕ ਪੰਜਾਬੀ ਸਿਨੇਮਾ ਇਹੋ ਜੀਆਂ ਕਹਾਣੀਆਂ ਹੁਣ ਬਹੁਤ ਲੈ ਕੇ ਆ ਰਹੇ ਨੇ ਨੀਰਮਨ ਵੀ ਇੱਕ ਫਿਲਮ ਆਈ ਹੈ ਉਦੇ ਵਿੱਚ ਵੀ ਇਹੋ ਜਿਹਾ ਇੱਕ ਟੌਪਿਕ ਹੈ ਮੋ ਆਈਸੀ ਜਗਦੀਪ ਸਿੰਧੂ ਸਰਗੁਨ ਮਹਿਤਾ ਦੀ ਉਹ ਵੀ ਕਿਹੋ ਜਿਹਾ ਕੈਰੈਕਟਰਸ ਵੀ ਇਵਨ ਲਾਡੋ ਦਾ ਕੈਰੈਕਟਰ ਜਿਹੜਾ ਸੋਨਮ ਬਾਜਵਾ ਦਾ ਕੈਰੈਕਟਰ ਹੈਗਾ ਜਿੰਦਮਾਹੀ ਜੀ ਸੋ ਆਈ ਥਿੰਕ ਹੁਣ ਬਹੁਤ ਗਰੋਥ ਹੈ ਫ্রম ਠੀਕ ਹੈ ਠੀਕ ਹੈ ਅੱਛਾ ਇਹ ਫਿਲਮ ਜਿਹੜੀ ਤੁਹਾਡੀ ਹੈਗੀ ਇਹ ਤੁਸੀਂ ਚੰਡੀਗੜ੍ਹ ਦਾ ਨਾਮ ਲਿਆ ਸੋ ਪੰਜਾਬ ਚੰਡੀਗੜ੍ਹ ਤੇ ਉੱਥੇ ਬਣੀ ਹੋਈ ਹੈ ਤੇ ਯੂਕੇ ਦੇ ਵਿੱਚ ਨਹੀਂ ਇਹ ਸਾਰੀ ਪੂਰੀ ਚੰਡੀਗੜ੍ਹ ਦੇ ਵਿੱਚ ਹੋਈ ਹੈ ਅਮ ਐਂਡ ਪੰਜਾਬ ਦੇ ਕਈ ਏਰੀਆਜ਼ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਸ਼ੂਟ ਹੋਈ ਹੈ ਅਮ ਬਟ ਯਾ ਇਟਸ ਚੰਡੀਗੜ੍ਹ ਦੀ ਲਾਈਫ ਹੈ ਇਹਦੇ ਵਿੱਚ ਸਭ ਤੋਂ ਜ਼ਿਆਦਾ ਸੋ ਅਮ ਪਰ ਇੱਕ ਇਹੋ ਜਿਹੇ ਤਰੀਕੇ ਦੇ ਨਾਲ ਦਿਖਾਈ ਹੈ ਕਿ ਜਿਹੜੇ ਇੱਥੇ ਵੀ ਸਾਡੀ ਆਡੀਅנס ਹੈ ਯੂਕੇ ਦੀ ਜਾਂ ਬਾਹਰਲੀ ਆਡੀਅנס ਕੈਨੇਡਾ ਅਮਰੀਕਾ ਆਸਟ੍ਰੇਲੀਆ ਜਿੱਥੋਂ ਵੀ ਸਾਰੇ ਦੇਖਦੇ ਨੇ ਉਮ ਉਹਨਾਂ ਨੂੰ ਵੀ ਇਹ ਸਟੋਰੀ ਰਿਲੇਟੇਬਲ ਲੱਗੂਗੀ ਕਿਉਂਕਿ ਮੈਨੂੰ ਲੱਗਦਾ ਇੱਕ ਜਦ ਕੁੜੀ ਦੇਖਣ ਜਾਊਗੀ ਉਹ ਕੁੜੀ ਨੂੰ ਵਧੀਆ ਲੱਗੂਗਾ ਦੇ ਆਪਣੀ ਸਟੋਰੀ ਲੱਗਦੀ ਹੈ ਆਪਣੀ ਸਟੋਰੀ ਦੇਖੂ ਕਿ ਕਿਤੇ ਨਾ ਕਿਤੇ ਮੈਨੂੰ ਲੱਗਦਾ ਹਰ ਇੱਕ ਕੁੜੀ ਸਟਰਗਲ ਕਰਦੀ ਹੈ ਆਪਣੀ ਲਾਈਫ ਦੇ ਵਿੱਚ ਉਮ ਐਂਡ ਪੰਜਾਬੀ ਕੁੜੀਆਂ ਨੂੰ ਵੈਸੀ ਵੀ ਬਹੁਤ ਰੋਕ ਟੋਕ ਹੁੰਦੀ ਆ ਉਮ ਸੋ ਰੋਕ ਟੋਕ ਤੋਂ ਬਾਹਰ ਨਿਕਲਣ ਦੀ ਸ਼ਾਇਦ ਅਸੀਂ ਕੋਸ਼ਿਸ਼ ਕੀਤੀ ਹੈ ਆਈ ਥਿੰਕ ਕੋਸ਼ਿਸ਼ ਕਰ ਸਕਦੀ ਹਾਂ ਮੈਂ ਅ ਵੈਲ ਐਟਲੀਸਟ ਮੇਰੇ ਕੈਰੈਕਟਰ ਦੇ ਨਾਲ ਮੈਂ ਕੋਸ਼ਿਸ਼ ਕੀਤੀ ਹੈ ਕਿ ਇੱਕ ਪਾਵਰਫੁਲ ਸਟਰੋਂਗ ਔਮਨ ਦਾ ਕਾ ਸਕੀਏ ਕਿ ਦਬਾਅ ਤੋਂ ਉੱਠ ਕੇ ਵੀ ਇੱਕ ਦੁਨੀਆ ਹੈ ਜਿੱਥੇ ਆਪਾਂ ਪਹੁੰਚ ਸਕਦੇ ਆ ਤੇ ਜੀ ਮੈਨੂੰ ਹਮੇਸ਼ਾ ਇੱਕ ਚੀਜ਼ ਲੱਗਦੀ ਹੈ ਐਂਡ ਆਮ ਸੌਰੀ ਇਫ ਆਮ ਰੋਂਗ ਬਟ ਕਿਤੇ ਨਾ ਕਿਤੇ ਇਸ ਇੰਡਸਟਰੀ ਦੇ ਵਿੱਚ ਜਾਂ ਫਿਰ ਬਾਹਰ ਲਿਆ ਕੋਈ ਵੀ ਇੰਡਸਟਰੀ ਦੇ ਵਿੱਚ ਇੱਕ ਔਰਤ ਹੀ ਔਰਤ ਦਾ ਸਪੋਰਟ ਹੁੰਦੀ ਹੈ ਆਈ ਥਿੰਕ ਇਟਸ ਸੋ ਇੰਪੋਰਟੈਂਟ ਥੈਟ ਵੀ ਸਪੋਰਟ ਔਮਨ ਜਿੰਨੀਆਂ ਵੀ ਕੁੜੀਆਂ ਦੇਖ ਰਹੀਆਂ ਨੇ ਮੈਂ ਤਾਂ ਇਹੀ ਚਾਹੂੰਗੀ ਕਿ ਕੁੜੀ ਇੱਕ ਕੁੜੀ ਦੇ ਨਾਲ ਮੋੜਾ ਲਾ ਕੇ ਖੜੇ ਜੇ ਆਪਾਂ ਇੱਕ ਦੂਜੇ ਨਾਲ ਹੀ ਨਹੀਂ ਖੜ ਸਕਦੇ ਤਾਂ ਵੀ ਕਾਂਟ ਐਕਸਪੈਕਟ ਦੀ ਇੰਟਾਇਰ ਵੋਲ ਟੂ ਬੀ ਵਿਦ ਅਸ ਐਸ ਵੈਲ ਵੀ ਕਾਂਟ ਐਕਸਪੈਕਟ ਦੀ ਇੰਟਾਇਰ ਵੋਲ ਟੂ ਚੇਂਜ ਬਿਲਕੁਲ ਬਿਕਾਜ਼ ਆਪਾਂ ਨੂੰ ਆਪਣਾ ਸਪੋਰਟ ਖੁਦ ਕਰਨਾ ਪੈਣਾ ਪਹਿਲਾਂ ਸੋ ਇੱਕ ਫੀਮੇਲ ਨੂੰ ਦੂਜੀ ਫੀਮੇਲ ਦਾ ਸਪੋਰਟ ਜ਼ਰੂਰ ਕਰਨਾ ਚਾਹੀਦਾ ਹੈ ਚਾਹੇ ਉਹ ਕਿਸੇ ਵੀ ਫੀਲਡ ਦੇ ਵਿੱਚ ਆ ਯੂ ਆਰ ਅ ਲੋਇਆ ਯੂ ਆਰ ਡੈਂਟਿਸਟ ਯੂ ਆਰ ਡਾਕਟਰ ਵਾਟਐਵਰ ਯੂ ਆਰ ਐਂਟਰਟੇਨਮੈਂਟ ਆਰਟਿਸਟ ਹਾਂ ਬਿਲਕੁਲ ਤੁਹਾਨੂੰ ਇੱਕ ਕੁੜੀ ਦਾ ਸਾਥ ਇਫ ਯੂ ਆਰ girl you've yes. definitely support the other girl and i think oh. like jeme example dama apni punjabi industry vich oh acha neeru bajwa sargun mehta two amazing women mm. amazing mm. women i have never met people like that i mean neeru mam nu je mili nahi hai gi but sargun nu main do teen var mil chuki ha unnan to je jdi energy mildi hai like sanu naviyan kudiyan nu actually himmat mildi hai ke assi kariye so i think that's the kind of love mm. i crave majoni a ke ho jab pyar bade ਕਿਉਂਕਿ ਬੰਦੇ ਤਾਂ ਸਾਰੇ ਇਕੱਠੇ ਹੋ ਜਾਂਦੇ ਆ ਪਰ ਕੁੜੀਆਂ ਫਿਰ ਕਿੱਥੇ ਨੇ ਹੈਨਾ ਜੀ 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 ਚਲੋ ਮੈਸੇਜ ਤਾਂ ਮੇਰਾ ਇਹ ਹੀ ਆ ਕਿ ਸਾਰੇ ਇੱਕ ਦੂਜੇ ਦਾ ਸਾਥ ਦੇਓ ਮਤਲਬ ਕਿ ਕੋਈ ਵੀ ਹੋਵੇ ਕੋਈ ਵੀ ਮੁਸੀਬਤ ਦੇ ਵਿੱਚ ਆ ਕਿਸੇ ਨੂੰ ਲੋੜ ਹੈਗੀ ਉਹ ਸਾਥ ਦੇਣਾ ਚਾਹੀਦਾ ਕੋਈ ਵੀ ਐਸਾ ਮੋਮੈਂਟ ਜਦੋਂ ਵੀ ਬਣਦਾ ਹੈਗਾ ਤੇ ਬੈਸਟ ਆਫ ਲੱਕ ਵੀ ਕਹਿੰਨੇ ਆ ਤੁਹਾਨੂੰ ਇਸ ਫਿਰਾਂਗਾ ਅੱਛਾ ਹੁਣ ਥੋੜਾ ਜਿਹਾ ਅੱਗੇ ਵਾਦੇ ਆ ਪੰਜਾਬੀ ਸਿਨੇਮੇ ਦੇ ਵੱਲ ਕਿਸ ਤਰ੍ਹਾਂ ਦਾ ਦੇਖਦੇ ਹੋ ਕਿੱਧਰ ਨੂੰ ਮੁੜ ਰਿਹਾ ਹੈ ਤੁਸੀਂ ਹੁਣੇ ਵੈਸੇ ਕਹਿ ਦੁੱਤਾ ਕਿ ਗਰੋਥ ਕਰ ਰਿਹਾ ਪਰ ਕਿੱਧਰ ਨੂੰ ਦਿਸ਼ਾ ਕੀ ਹੈ ਇਹ ਦਿ ਤੋਂ ਲੱਗਦਾ ਕਿਉਂਕਿ ਇੱਕ ਟਾਈਮ ਆਇਆ ਸੀਗਾ ਸ਼ਾਇਦ ਬਹੁਤ ਪਹਿਲਾਂ ਦੀਆਂ ਗੱਲਾਂ ਮੈਂ ਕਰਦਾ ਉਸ ਵੇਲੇ ਇੱਕ ਤਰ੍ਹਾਂ ਦੀਆਂ ਫਿਲਮਾਂ ਬਣਨੀ ਪੰਜਾਬੀ ਇੰਡਸਟਰੀ 'ਚ ਸ਼ੁਰੂ ਹੋ ਗਈਆਂ ਸੀ ਹਨ ਫਿਰ ਉਸ ਤੋਂ ਬਾਅਦ ਉਹ ਟਾਈਮ ਨਹੀਂ ਲੱਗਿਆ ਜਦੋਂ ਡਾਊਨ ਹੋ ਗਿਆ ਸੀ ਫਿਰ ਜੀਐਨਯੂ ਆਈ ਉਹਦੇ ਨਾਲ ਦੁਬਾਰਾ ਆਪਾਂ ਸ਼ੁਰੂ ਹੋਏ ਸੋ ਹੁਣ ਫੇਰ ਕਿਤੇ ਨਾ ਕਿਤੇ ਮਹਿਸੂਸ ਕੀਤਾ ਆਡੀਅנס ਨੇ ਨਾ ਮੇਰਾ ਸਵਾਲ ਨਹੀਂ ਆਡੀਅנס ਦਾ ਕਿ ਫੇਰ ਇੱਕੋ ਜਿਹੀਆਂ ਫਿਲਮਾਂ ਬਣ ਰਹੀਆਂ ਸੀਗੀਆਂ ਪਿਛਲੇ ਟਾਈਮ 'ਚ ਪਰ ਕੁਝ ਨਵਾਂ ਚੇਂਜਸ ਜ਼ਰੂਰ ਆਇਆ ਤੋਂ ਲੱਗਦਾ ਹੁਣ ਚੇਂਜ ਆਊਗਾ ਬਿਲਕੁਲ ਦੇਖੋ ਮੈਂ ਨਾ ਬਹੁਤ ਨਵੀਂ ਆ ਇਸ ਤੇ ਕਮੈਂਟ ਕਰਨ ਨੂੰ ਵੀ ਪਰ ਬਿਕਾਜ਼ ਮੈਂ ਐਂਟਰਟੇਨਮੈਂਟਸ ਕੰਮ ਕੀਤਾ ਹੋਇਆ ਹੈ ਬਹੁਤ ਲਾਈਕ 5 ਸਾਲ 6 ਸਾਲ ਮੈਂ ਪਹਿਲਾਂ ਟੀਵੀ ਤੇ ਵੀ ਕੰਮ ਕਰਦੀ ਰਹੀ ਆ ਇੱਕ ਚੀਜ਼ ਮੈਨੂੰ ਇਹ ਲੱਗਦੀ ਹੈ ਕਿ ਚਲੋ ਤੁਸੀਂ ਸਾਨੂੰ ਜ਼ਰੂਰ ਕਹਿ ਦੰਨੇ ਆ ਆਰਟਿਸਟ ਨੂੰ ਜ਼ਰੂਰ ਸਾਰੇ ਕਹਿ ਦਿੰਦੇ ਆ ਕਿ ਫਿਲਮਾਂ ਡਿਫਰੈਂਟ ਨਹੀਂ ਬਣ ਰਹੀਆਂ ਪਰ ਇੱਕ ਇਹੋ ਜਿਹੀ ਫਿਲਮ ਪਿਛਲੇ ਸਾਲ ਰਿਲੀਜ਼ ਹੋਈ ਸੀ ਤੇ ਜਦੋਂ ਮੈਂ ਵੇਖਣ ਗਈ ਆ ਮੈਨੂੰ ਐਕਚੁਅਲੀ ਮੈਂ ਇਮੋਸ਼ਨਲ ਇਸ ਗੱਲ ਤੇ ਨਹੀਂ ਹੋਈ ਕਿ ਫਿਲਮ ਲਾਈਕ ਬਹੁਤ ਅੱਛੀ ਸੀ ਮੈਂ ਇਸ ਗੱਲ ਤੇ ਇਮੋਸ਼ਨਲ ਹੋਈ ਕਿ ਕੋਈ ਦੇਖਣ ਕਿਉਂ ਨਹੀਂ ਗਿਆ ਸਿਰਮ ਅੱਛੇ ਵਿੱਚ ਤੋ ਇੱਕ ਪਾਸੇ ਆਪਾਂ ਕਹਿੰਨੇ ਆ ਕਿ ਕਾਮੇਡੀ ਤੋਂ ਆਪਾਂ ਬੋਰਡ ਹੋ ਗਏ ਇਹੀ ਗੱਲ ਹੈ ਨਾ ਕਿ ਕਾਮੇਡੀ ਤੋਂ ਆਪਾਂ ਬੋਰਡ ਹੋ ਗਏ ਆ ਬਿਟ ਫਿਰ ਕਾਮੇਡੀ ਤੋਂ ਇਲਾਵਾ ਸਾਡੇ ਡਾਇਰੈਕਟਰਸ ਜਿਹੜੇ ਜਿਹੜੇ ਨੇ ਪ੍ਰੋਡਿਊਸਰਸ ਜਿਹੜੇ ਨੇ ਰਿਸਕ ਲੈਣਾ ਚਾਹੁੰਦੇ ਨੇ ਕਿਉਂ ਨਹੀਂ ਲੈ ਰਹੇ ਬਿਕਾਜ਼ ਆਡੀਅנס ਜਿਹੜੀ ਫਿਲਮਾਂ ਆ ਚੁੱਕੀਆਂ ਨੇ ਉਹਨਾਂ ਨੂੰ ਹੀ ਨਹੀਂ ਵੇਖਣ ਜਾ ਰਹੀ ਸੋ ਇੱਕ ਗੱਲ ਹੈ ਕਿ ਯੈਸ ਵੀ ਲਾਈਕਡ 올 द ਕਮਰਸ਼ੀਅਲ ਗਲੈਮਰ ਕੁੜੀ ਬਹੁਤ ਸੋਹਣੀ ਲੱਗ ਰਹੀ ਹੈ ਆਈ ਕੈਂਡੀ 올 ਦਿਸ ਬਟ ਐਟ ਦ ਸੇਮ ਟਾਈਮ ਜਿਹੜੀਆਂ ਫਿਲਮਾਂ ਥੋੜਾ ਇੱਕ ਹਟਕੇ ਬਣੀਆਂ ਬਹੁਤ ਵਧੀਆ ਮੈਸੇਜ ਦਿੰਦੀਆਂ ਨੇ ਸ਼ਾਇਦ ਆਪਾਂ ਉਹ ਦੇਖਣਾ ਹੀ ਨਹੀਂ ਚਾਹੁੰਦੇ ਐਕਚੁਅਲੀ ਦੈਟਸ ਦ ਥਿੰਗ ਬਟ ਆਈ ਫੀਲ ਲਾਈਕ ਕਿ ਜਿਹੜੀ ਆ ਨਵੀਂ ਜੇਨਰੇਸ਼ਨ ਆ ਰਹੀ ਹੈ ਐਕਟਿਸ ਦੀ ਟੈਲੈਂਟ ਦੀ ਜਿਹੜੀ ਜੇਨਰੇਸ਼ਨ ਆ ਰਹੀ ਹੈ ਉਹ ਬਹੁਤ ਵਧੀਆ ਵੇਵ ਲੈ ਕੇ ਆਊਗਾ ਮੇਰਾ ਇਹ ਪ੍ਰੈਡਿਕਸ਼ਨ ਹੈ ਸ਼ਾਇਦ ਮੈਂ ਗਲਤ ਹੂੰ ਬਟ ਆਈ ਹੋਪ ਆਮ ਨਾਟ ਰੌਂਗ ਮੈਂ ਜਿੰਨੀਆਂ ਵੀ ਕਨਵਰਸੇਸ਼ਨਸ ਕੀਤੀਆਂ ਨੇ ਡਾਇਰੈਕਟਰਸ ਨੇ ਰਾਈਟਰਸ ਨੇ ਉਹਨਾਂ ਕੋ ਇਹੋ ਜਿਹਾ ਕੰਟੈਂਟ ਪੈਨੇ ਜਿਹੜੇ ਆਈ ਥਿੰਕ ਦੇ ਇਨਕ੍ਰੈਡੀਬਲ ਜੀ ਸਰ ਮੈਂ ਬਹੁਤ ਐਕਸਾਈਟਿਡ ਆ ਐਂਡ ਆ ਰੀਲੀ ਹੋਪ ਕਿ ਪੰਜਾਬੀ ਫਿਲਮਾਂ ਵੇਖਣੀਆਂ ਬਹੁਤ ਜ਼ਰੂਰੀ ਆ ਮੈਂ ਇਹ ਰਿਕਵੈਸਟ ਵੀ ਕਾਇਨੀ ਆ ਕਿ ਪੰਜਾਬੀ ਫਿਲਮਾਂ ਦੇਖਣ ਜਾਇਆ ਕਰੋ ਕਿਉਂਕਿ ਜੇ ਸਾਊਥ ਦੀਆਂ ਫਿਲਮਾਂ ਇੰਨੀਆਂ ਚੱਲ ਸਕਦੀਆਂ ਆ ਤੇ ਸਾਊਥ ਦੀਆਂ ਫਿਲਮਾਂ ਹੁਣ ਓਸਕਅਰਸ ਦੇ ਵਿੱਚ ਨੋਮੀਨੇਟਡ ਨੇ digo after award they got so many national awards international awards so ਪੰਜਾਬੀ ਫਿਲਮਾਂ ਹੌਲੀ ਹੌਲੀ ਪਹੁੰਚ ਸਕਦੀਆਂ ਨੇ ਬਸ ਆਪਾਂ ਨੂੰ ਸਪੋਰਟ ਦੇਣੋ ਬਿਲਕੁਲ ਇੱਕ ਫਿਲਮ ਆਈ ਸੀਗੀ ਮੋਲਾ ਜੱਟ ਚੁਕੇ ਹੈ ਪੰਜਾਬੀ ਫਿਲਮ ਬਟ ਓਵੈਸਲੀ ਦੂਸਰੇ ਪੰਜਾਬ ਦੀ ਬਣੀ ਹੋਈ ਹੈ ਯੰਗ ਸਾਕਰੋੜ ਦੀ ਫਿਲਮ ਹੈ ਉਹ ਉਹਦਾ ਰੈਵਨਿਊ ਤੇ ਪੰਜਾਬੀ ਫਿਲਮਾਂ ਵੀ ਉੱਥੇ ਤੱਕ ਪਹੁੰਚ ਸਕਦੀਆਂ ਨੇ ਜੇ ਆਪਣਾ ਸਪੋਰਟ ਮਿਲੇ ਆਪਣੀ ਬੰਦਿਆਂ ਦਾ ਇਹ ਆਪਣੀ ਵੈਸੀ ਵੀ ਆਦਤ ਹੈ ਕਿ ਲੱਤਾਂ ਖੇਤੀਏ ਇੱਕ ਦੂਜੇ ਦੀਆਂ ਬਟ ਆਈ ਥਿੰਕ ਹੁਣ ਇਹ ਲੋੜ ਹੈ ਕਿ ਆਪਾਂ ਇੱਕ ਦੂਜੇ ਦੀ ਸਪੋਰਟ ਕਰੀਏ ਸਾਥ ਦੇਈਏ ਸਾਰਿਆਂ ਦਾ ਹਾਏ ਬਹੁਤ ਵੱਡੇ ਪੱਧਰ ਦੇ ਨਾਲ ਸਿਨੇਮਾ ਅੱਗੇ ਆ ਸਕਦਾ ਹੈ ਦੇ ਨਾਲ ਬੇਰੋਜ਼ਗਾਰੀ ਵੀ ਜਿਹੜੀ ਪੰਜਾਬ 'ਚ ਆਪਾਂ ਅਕਸਰ ਕਹਿ ਦਿੰਦੇ ਹਾਂ ਸਾਡੇ ਨੌਜਵਾਨਾਂ ਕੋਲ ਕੰਮ ਨਹੀਂ ਹੈਗਾ ਨਾ ਤੂੰ ਉਹ 100 ਬੰਦਿਆਂ ਦੀ ਟੀਮ ਹੁੰਦੀ ਹੈ ਤੇ ਉੱਥੇ ਇੱਕ ਲਾਈਟ ਮੈਨ ਤੋਂ ਇਲਾਵਾ ਸਾਡਾ ਕੰਮ ਨਹੀਂ ਚੱਲਣਾ ਸਾਡੀਆਂ ਫਿਲਮਾਂ ਨਹੀਂ ਬਣ ਸਕਦੀਆਂ ਜਿਹੜਾ ਉੱਥੇ ਇੱਕ ਇੱਕ ਬੰਦਾ ਸਾਡਾ ਸਪੋਟ ਵੀ ਜੜਾ ਹੈ ਉਹ ਇੰਨੀ ਮਿਹਨਤ ਕਰਦਾ ਹੈ ਤੇ ਉਹ ਇੰਨੇ ਲੋਕਾਂ ਨੂੰ ਰੋਟੀ ਮਿਲਦੀ ਹੈ ਇੱਕ ਫਿਲਮ ਤੋਂ ਸੋ ਫਿਲਮ ਚੱਲਣ ਦੇ ਵਿੱਚ ਵੀ ਬਹੁਤ ਜਿਦਾਂ ਤੁਸੀਂ ਕਹਿਆ ਬੇਰੁਜ਼ਗਾਰੀ ਵੀ ਬਹੁਤ ਹੈਂਡਲ ਟੈਕਲ ਹੁੰਦੀ ਹੈ ਉਹਦੇ ਨਾਲ ਜਾਂ ਜੀ 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 ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਸੋ ਗ੍ਰੋਥ ਹੋਣੀ ਚਾਹੀਦੀ ਹੈ ਸ੍ਰੀਮੇ ਦੀ ਅਸੀਂ ਨਹੀਂ ਚਾਹੁੰਦੇ ਕਿ ਪਹਿਲਾ ਮੰਗ ਹੋਵੇ ਸੋ ਵਧੀਆ ਵਧੀਆ ਫਿਲਮਾਂ ਬਣਨ ਡਿਫਰੈਂਟ ਟੌਪਿਕਸ ਆਉਣ ਸੋ ਲੋਕ ਜਾਣ ਜਿਵੇਂ ਸਾਉਥ ਦੀਆਂ ਫਿਲਮਾਂ ਅੱਜ ਦੇਖੀਆਂ ਜਾਂਦੀਆਂ ਪੂਰੀ ਦੁਨੀਆ ਦੇ ਵਿੱਚ ਉਹ ਚਾਹੇ ਡੱਬ ਹੋ ਕੇ ਹਿੰਦੀ ਦੇ ਵਿੱਚ ਬਣਦੀਆਂ ਨੇ ਪਰ ਲੋਕ ਦੇਖਦੇ ਰਹੇ ਉਹਨਾਂ ਨੂੰ ਸੋ ਇਸੇ ਤਰ੍ਹਾਂ ਹੋਣਾ ਚਾਹੀਦਾ ਇਹ ਸਾਰਿਆਂ ਨੂੰ ਰਲ ਮਿਲ ਕੇ ਕਰਨਾ ਪੈਣਾ ਹੈ ਅੱਛਾ ਇੱਕ ਸਵਾਲ ਹੈ ਮੇਰਾ ਪਿਛਲੇ ਸਾਲ ਦੇ ਵਿੱਚ ਅਸੀਂ ਇੱਕ ਹੀਰਾ ਗਵਾਇਆ ਲੈਜੈਂਡ ਸਿੱਧੂ ਮੂਸੇਵਾਲਾ ਯਾ ਯੂਕੇ ਦੇ ਵਿੱਚ ਉਹ ਜਦੋਂ ਆਉਂਦੇ ਨੇ ਤੇ ਮੈਨੂੰ ਲੱਗਦਾ ਕਿ ਤੁਸੀਂ ਪਹਿਲੇ ਸੀਗੇ ਜਿਨ੍ਹਾਂ ਨੇ ਉਹਨਾਂ ਦੀ ਇੰਟਰਵਿਊ ਵੀ ਕੀਤੀ ਸੀਗੀ ਨਾ ਸੋ ਕਿਵੇਂ ਉਹਨਾਂ ਦੇ ਬਾਰੇ ਤੁਹਾਡੀ ਕੀ ਸਮਝ ਹੈ ਕੀ ਸੋਚ ਹੈ ਅੱਜ ਕਿਵੇਂ ਮਹਿਸੂਸ ਕਰਦੇ ਹੋ ਉਹਨਾਂ ਤੋਂ ਬਿਨਾ ਇੰਡਸਟਰੀ ਪੰਜਾਬੀ 뮤직 ਇੰਡਸਟਰੀ ਅਮ ਆਈ ਥਿੰਕ ਇਟਸ ਹਜੇ ਵੀ ਲਾਈਕ ਬਲੀਵ ਨਹੀਂ ਹੁੰਦਾ ਆਬਵੀਸਲੀ ਮੈਂ ਪਹਿਲੀ ਇੰਟਰਵਿਊ ਉਹਨਾਂ ਦੀ ਯੂਕੇ ਚ ਕੀਤੀ ਹੈ ਜੋ ਵਨ ਆਫ ਦਾ ਵੈਰੀ ਫਰਸਟ ਇੰਟਰਵਿਊਸ ਹੀ ਡਿਡ ਸੋ ਇੱਕ ਹਮੇਸ਼ਾ ਲਾਈਕ ਆ ਕਾਂਟ ਆਈ ਕਾਂਟ ਬਲੀਵ ਇਟ ਆਈ ਕਾਂਟ ਆਈ ਓਨੈਸਟਲੀ ਮੈਨੂੰ ਹਜੇ ਵੀ ਯਕੀਨੀ ਆਉਂਦਾ ਕਿ ਇਹ ਹੋ ਚੁੱਕਿਆ ਆ ਮੈਨੂੰ ਲੱਗਦਾ ਸਿੱਧੂ ਦੇ ਆਉਣ ਦੇ ਨਾਲ ਵੀ ਬਹੁਤ ਫਰਕ ਪਿਆ ਸੀ ਇੰਡਸਟਰੀ ਦੇ ਵਿੱਚ ਤੇ ਸਿੱਧੂ ਦੇ ਜਾਣ ਦੇ ਨਾਲ ਜੋ ਕਮੀ ਆਈ ਹੈ ਨਾ ਪੰਜਾਬੀ 뮤직 ਇੰਡਸਟਰੀ ਤੇ ਵਿੱਚ ਆਈ ਕੈਨ ਨਾ ਐਕਸਪਲੇਨ ਇਟ ਟੂ ਯੂ ਬਿਕਾਜ਼ ਜਦ ਮੈਂ ਪੰਜਾਬੀ 뮤직 ਸੁਣ ਦੀ ਕੋਸ਼ਿਸ਼ ਕਰਦੀ ਆ ਨਾ ਮੇਰਾ ਜੀ ਨਹੀਂ ਕਰਦਾ ਆਈ ਸਕਿਪ ਕਮ ਇਸ ਏਵਰੀ Song ਐਂਡ ਦੈਨ ਆ ਐਂਡ ਅਪ ਸਰਚਿੰਗ ਸਿੱਧੂ ਮਸੇਆਣਾ ਮੈਂ ਸ਼ਾਇਦ ਉਹਨਾਂ ਨੂੰ ਇੰਨਾ ਉਦੋਂ ਨਹੀਂ ਸੁਣਿਆ ਹੁਣਾਂ ਜੋ ਕਿ ਆਈ ਥਿੰਕ ਮੈਂ ਹਮੇਸ਼ਾ ਇਹ ਰਿਗਰਟ ਕਰਦੀ ਆ ਜਦੋਂ ਉਹ ਸੀਗੇ ਸ਼ਾਇਦ ਮੈਂ ਉਹਨਾਂ ਨੂੰ ਇੰਨਾ ਨਹੀਂ ਸੁਣਿਆ ਚੰਨਾ ਮੈਂ ਹੁਣ ਉਹਨਾਂ ਨੂੰ ਸੁਣ ਰਹੀ ਆ ਬਟ ਹੀ ਵਾਸ ਇਨਕ੍ਰੈਡੀਬਲ ਅ ਵੇਵ ਬਟ ਉਹਨਾਂ ਦੇ ਪੈਰਾਂ ਨੂੰ ਦੇਖ ਕੇ ਲਾਈਕ ਆਈ ਕਾਂਟ ਆਈ ਆ ਸਟਿਲ ਗੈਟ ਰੀਲੀ ਅਪਸੈਟ ਬਿਕਾਜ਼ ਉਹਨਾਂ ਦੇ ਡੈਡ ਦੀ ਜੁੜੀ ਜੋ ਵੀ ਸੀਗਾ ਆਈ ਵਾਸ ਯਾ ਬਿਲਕੁਲ ਸਮਥਿੰਗ ਕਿਸੇ ਨੂੰ ਨਹੀਂ ਹੋਣਾ ਚਾਹੀਦਾ ਇਦਾਂ ਆਈ ਥਿੰਕ ਇਟਸ ਇਟਸ ਆਨੈਸਲੀ ਰੀਲੀ ਸੈਡ ਮੈਂ ਆਈ ਕਾਂਟ ਸ਼ਬਦ ਮੁੱਕ ਜਾਂਦੇ ਆ ਬਿਲਕੁਲ ਮੈਂ ਸਮਝ ਸਕਦਾ ਕਿ ਕਿ ਹੋ ਜਾ ਅੱਜ ਮੰਜ਼ਰ ਹੈਗਾ ਜਿਹੜੇ ਨਾਲ ਵਿਚਰੇ ਹੋਏ ਨੇ ਮਤਲਬ ਉਹਨਾਂ ਦੇ ਨਾਲ ਜਿਨ੍ਹਾਂ ਨੇ ਕੁਝ ਸਮਾਂ ਵੀ ਬਤਾਇਆ ਤੇ ਉਹ ਅੱਜ ਕਿਵੇਂ ਯਾਦ ਕਰ ਰਹੇ ਨੇ ਤੇ ਉੱਥੇ ਉਹ ਲੋਕ ਵੀ ਨੇ ਜਿਨ੍ਹਾਂ ਨੇ ਕਦੀ ਸਿੱਧੂ ਮੂਸੇਵਾਲੇ ਨੂੰ ਪ੍ਰੈਕਟੀਕਲੀ ਜਾਂ ਫਿਰ ਫਿਜ਼ੀਕਲੀ ਨਹੀਂ ਦੇਖਿਆ ਆਏਗਾ ਸਿਰਫ ਗਾਣਿਆਂ ਦੇ ਵਿੱਚ ਜਾਂ ਫਿਰ ਟੀਵੀ ਦੇ ਉੱਤੇ ਉਹਨਾਂ ਨੇ ਦੇਖਿਆ ਆਏਗਾ ਸੋ ਨਹੀਂ ਭੁੱਲਣਾ ਮਤਲਬ ਕਿ ਸਿੱਧੂ ਮੂਸੇਵਾਲਾ ਕਿਸੇ ਨੂੰ ਤੇ ਅੱਜ ਵੀ ਉਹਨਾਂ ਦੇ ਗੀਤ ਸੁਣੇ ਜਾਂਦੇ ਨੇ ਮੈਂ ਵੀ ਦੇਖ ਰਿਹਾ ਸੀਗਾ ਨਾ ਮੈਂ ਹੁਣ ਜਦੋਂ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਗਾਣੇ ਸੁਣਦੇ ਆ ਤਾਂ ਕੱਲਾ ਕੱਲਾ ਜਿਹੜਾ ਉਹਦਾ ਵਾਰਡ ਹੈ ਨਾ ਉਹ ਸਾਰਾ ਘੁੰਮ ਜਾਂਦਾ ਮੈਮਰੀ ਦੇ ਵਿੱਚ ਹੈ ਨਾ ਕੀ ਕੀ ਗੱਲਾਂ ਕੀਤੀਆਂ ਸੀ ਜੋ ਕਿ ਆਪਾਂ ਪਹਿਲਾਂ ਨਹੀਂ ਇਹਨਾਂ ਧਿਆਨ ਵੀ ਨਹੀਂ ਦਿੱਤਾ ਹੈ ਨਾ ਚਲੋ ਬੀਟ ਸੁਣੀ ਜਾਂ ਗਾਣਾ ਸੁਣਿਆ ਦੈਟਸ ਇਟ ਤੇ ਹੁਣ ਉਹ ਸਾਰਾ ਕੁਝ ਆਪਾਂ ਸੁਣਦੇ ਆ ਨਾ ਲਾਈਕ ਇਟ ਹੀ ਵਾਸ ਇਨਕ੍ਰੈਡੀਬਲ ਆਈ ਥਿੰਕ ਜੋ ਉਹਨਾਂ ਨੇ ਲਿਖਿਆ ਹੈ ਜੋ ਉਹਨਾਂ ਨੇ ਗਾਇਆ ਹੈ ਜਿਹੜੀ ਹਿਸਾਬ ਦੇ ਨਾਲ ਉਹਨਾਂ ਨੇ ਗਾਇਆ ਹੈ ਤੇ ਲਾਈਕ ਹੀ ਵਾਸ ਜਸਟ ਲਾਈਕ ਤੁਸੀਂ ਜੋ ਮਰਜ਼ੀ ਕਰੋ ਮੈਂ ਕਰਨਾ ਜੋ ਮੈਂ ਕਰਨਾ ਐਂਡ ਆਈ ਥਿੰਕ ਉਹ ਇੱਕ ਇਹ ਹੁਜਾ ਇਨਸਪਾਇਰਿੰਗ ਬਟ ਆਮ ਰੀਲੀ ਹੋਪਿੰਗ ਤੇ ਇਹ ਸਿਮੇਗ ਅਕਸਰ ਗੱਲ ਕਰਦੀ ਰਹਿੰਦੀ ਹੈ ਆਪਣੇ ਬੰਦਿਆਂ ਦੇ ਨਾਲ ਕਿ ਲਾਈਕ ਮੈਂ ਬਹੁਤ ਹੋਪ ਕਰਦੀ ਕਿ ਉਹਨੇ ਐਟ ਲੀਸਟ ਦੋ ਤਿੰਨ ਜਾਣਿਆਂ ਨੂੰ ਯੰਗ ਜਨਰੇਸ਼ਨ ਦੇ ਵਿੱਚੋਂ ਇਨਸਪਾਇਰ ਕੀਤਾ ਹੋਵੇਗਾ ਜੀ 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 ਜੋ ਲਿਖ ਸਕਣ ਉਹਦੇ ਵਰਗਾ ਤਾਂ ਕੋਈ ਨਹੀਂ ਲਿਖ ਸਕਦਾ ਪਰ ਐਟ ਲੀਸਟ ਇਹ ਹੁਜਾ ਕੁਝ ਲਿਖ ਸਕੇ ਬਿਕੋਜ਼ ਪੰਜਾਬੀ ਇੰਡਸਟਰੀ ਨੂੰ ਇੰਨਾ ਚੇਂਜ ਲੈ ਕੇ ਆਉਂਦਾ ਨਾ ਆਈ ਆਲਵੇਸ ਸੇ ਕਿ ਦਿਲਜੀਤ ਦਸਾਂਜੇਵੇਂ ਨੇ ਵਨ ਇਨ ਅ 1000 ਕਿਹੜੀ ਚੀਜ਼ ਨੂੰ ਉਹ ਹੱਥ ਲਾਉਂਦੇ ਨੇ ਉਹ ਸੋਨਾ ਬੜ ਜਾਂਦੀ ਹੈ ਐਵੇਂ ਸਿੱਧੂ ਮਸੇਵਾਲਾ ਵਨ ਇਨ ਅ 1000 ਡੈਫੀਨਿਟਲੀ ਸੋ ਆਈ ਰੀਲੀ ਹੋਪ ਕਿ ਯੂ ਵਨ ਇਨ ਅ 1000 ਫੇਰ ਆਵੇ ਹੂੰ ਦੁਬਾਰਾ ਸਕਸੈਸ ਦੇ ਵਿੱਚ ਆਵੇ ਬਿਲਕੁਲ ਹੋਪ ਕਰਦੇ ਆ ਆਈ ਥਿੰਕ ਹੀ ਇਜ਼ ਸਮਵੇਅ ਆਈ ਥਿੰਕ ਉਹ ਅਰਾਊਂਡ ਨੇ ਆਈ ਥਿੰਕ ਹੀ ਇਜ਼ ਅਰਾਊਂਡ ਐਂਡ ਆਈ ਰੀਲੀ ਹੋਪ ਥੈਟ ਲਾਈਕ ਜਦੋਂ ਉਹਨਾਂ ਦੀ ਗੱਲ ਹੁੰਦੀ ਹੈ ਮੈਨੂੰ ਲੱਗਦਾ ਉਹ ਆਲੇ ਆਲੇ ਦਿਵਾਲੇ ਹੁੰਦੇ ਨੇ ਜੀ 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 ਉਹ ਹਰ ਇੱਕ ਦੇ ਦਿਲ ਦੇ ਵਿੱਚ ਵਸਦੇ ਨੇ ਆਈ ਇਟਸ ਜਸਟ आई का रब दी जो uh, मर्जी है वो देता खिलाफ अपन कुछ कर भी नहीं सकदे बट समथिंग वी जस्ट हैव टू एक्सेप्ट हां बिल्कुल बिल्कुल uh, बिल्कुल आज बहुत ਔਖਾ ਹੈ Sidhu ਦੇ ਪੇਰੈਂਟਸ ਵਾਸਤੇ ਵੀ ਬਹੁਤ ਔਖਾ ਹੈ ਦੁਨੀਆ ਦੇ ਵਿੱਚ ਵਸਣ ਵਾਲੇ ਉਹਨਾਂ ਦੇ ਫੈਨਸ ਜਿਹੜੇ ਨਹੀਂ ਸੀ ਨਹੀਂ ਵੀ ਸੀ ਸੁਣਦੇ Sidhu ਨੂੰ ਅੱਜ ਉਹ ਵੀ ਰੋਂਦੇ ਨੇ ਸੋ ਇਸ ਤਰ੍ਹਾਂ ਦਾ ਅੱਜ ਸਮਾ ਜਿਹੜਾ ਹੈਗਾ ਉਹ ਆਇਆ ਹੋਇਆ ਅੱਛਾ ਆਪਾਂ ਰਾਜ ਆਪਾਂ ਸਮਾਪਤੀ ਕਰ ਦੇਣੀ ਹੈ ਐਂਡ ਕਰ ਦੇਣਾ ਸੋ ਉਸ ਤੋਂ ਪਹਿਲਾਂ ਮੈਂ ਤੁਹਾਡਾ ਮੈਸੇਜ ਜਾਨਣਾ ਚਾਹੁੰਨਾ ਕੀ ਮੈਸੇਜ ਹੈਗਾ ਤੁਹਾਡਾ ਸਾਰੇ ਸਾਡੇ ਪੰਜਾਬੀ ਦਰਸ਼ਕ ਸਰੋਤੇ ਜਿਹੜੇ ਤੁਹਾਡੇ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਤੁਹਾਡੇ ਨਾਲ ਜੁੜੇ ਹੋਏ ਆਈ ਥਿੰਕ ਪਹਿਲਾਂ ਤਾਂ ਮੈਂ ਥੈਂਕ ਯੂ ਕਰਨਾ ਚਾਹਾਂਗੀ ਬ੍ਰਿਟਿਸ਼ੀਆ ਟੀਵੀ ਦਾ ਮੇਰੀ ਸ਼ੁਰੂਆਤ ਇਸ ਚੈਨਲ ਤੋਂ ਹੋਈ ਹੈ ਹੁਣ ਮੈਂ ਇੱਥੇ ਆ ਕੇ ਇੰਟਰਵਿਊ ਦੇ ਰਹੀ ਆ ਇਹ ਹੀ ਮੇਰੇ ਲਈ ਆਈ ਥਿੰਕ ਆਵ ਆਵ ਰੀਚਡ ਵਾਟ ਆੀ ਵਾਂਟਿਡ ਟੂ ਰੀਚਣਾ ਅਮ ਹਜੇ ਬਹੁਤ ਜ਼ਿਆਦਾ ਲੰਬਾ ਸਫ਼ਰ ਹੈ ਇਹ ਸਿਰਫ ਸ਼ੁਰੂਆਤ ਹੈ ਤੇ ਮੈਂ ਬਹੁਤ ਉਮੀਦ ਕਰਦੀ ਆ ਕਿ ਪਿਟਿਸ਼ੀਆ ਦਾ ਸਾਥ ਵੀ ਇਦਾਂ ਹੀ ਬਣਿਆ ਰਹੇਗਾ ਮੈਸੇਜ ਬਸ ਇਹ ਹੈ ਕਿ ਇੱਕ ਦੂਜੇ ਦਾ ਸਾਥ ਦੋ ਸਾਡੀ ਫਿਲਮ ਆ ਰਹੀ ਹੈ ਮਿੱਤਰਾਂ ਦਾ ਨਾਂ ਚੱਲਦਾ 8 ਮਾਰਚ ਨੂੰ ਪੰਕਜ ਬਤਰਾ ਦੀ ਡਾਇਰੈਕਟ ਕੀਤੀ ਹੋਈ ਹੈ ਰਕੇਸ਼ ਤਵਨੇਹੀ ਫਿਲਮ ਲਿਖੀ ਹੋਈ ਹੈ ਇੱਕ ਕਹਾਣੀ ਹੈ ਜੋ ਕਿ ਔਰਤਾਂ ਦੇ ਉੱਤੇ ਹੈ ਗਿੱਪੀ ਜੀ ਇੱਕ ਔਰਤਾਂ ਨੂੰ ਕਿਵੇਂ ਸਪੋਰਟ ਕਰਦੇ ਨੇ ਕਿਵੇਂ ਉਹਨਾਂ ਦੀ ਜ਼ਿੰਦਗੀ ਨੂੰ ਆ ਕੇ ਯੂ نو ਇੱਕ ਸਹਾਰਾ ਦਿੰਦੇ ਨੇ ਇੱਕ ਸਭ ਤੋਂ ਜ਼ਿਆਦਾ ਇਨਸਪਾਇਰਿੰਗ ਚੀਜ਼ ਹੈ ਇਸ ਫਿਲਮ ਬਾਰੇ ਸੋ ਮੈਸੇਜ ਬਸ ਇਹੀ ਹੈ ਕਿ ਤੁਸੀਂ ਵੀ ਇੱਕ ਦੂਜੇ ਨੂੰ ਇਨਸਪਾਇਰ ਕਰਦੇ ਰਹੋ ਤੁਸੀਂ ਵੀ ਇੱਕ ਦੂਜੇ ਨੂੰ ਸਹਾਰਾ ਦਿੰਦੇ ਰਹੋ ਕਿਉਂਕਿ ਕਿਤੇ ਨਾ ਕਿਤੇ ਪਹੁੰਚਣ ਨੂੰ ਸਹਾਰੇ ਦੀ ਜ਼ਰੂਰ ਲੋੜ ਹੈ ਇੱਕ ਬੰਦਾ ਕਦੇ ਵੀ ਕਿਤੇ ਪਹੁੰਚ ਨਹੀਂ ਸਕਦਾ ਉਹਨੂੰ ਜਾਂ ਤਾਂ ਉਹਦੇ ਫੈਨਸ ਲੈ ਕੇ ਜਾਂਦੇ ਨੇ ਜਾਂ ਤਾਂ ਉਹਦੇ ਮਾਪੇ ਉਹਨਾਂ ਨੂੰ ਇਸ ਦੁਨੀਆ 'ਚ ਲੈ ਕੇ ਆਉਂਦੇ ਨੇ ਸਹਾਰਾ ਦਿੰਦੇ ਨੇ ਤਾਂ ਹੀ ਆਪਾਂ ਕਿਸੇ ਮਕਾਮ ਤੇ ਪਹੁੰਚ ਸਕਦੇ ਆ ਸੋ ਬਸ ਤੁਸੀਂ ਫਿਲਮ ਦੇਖੋ 8 ਮਾਰਚ ਨੂੰ ਤੇ ਆਈ ਹੋਪ ਕਿ ਤੁਹਾਨੂੰ ਮੇਰਾ ਕੈਰੈਕਟਰ ਕਰਮ ਦਾ ਕੈਰੈਕਟਰ ਪਸੰਦ ਆਵੇ ਥੈਂਕ ਯੂ ਕੀ ਬਾਤ ਹੈ ਸੋ ਤੁਹਾਨੂੰ ਤੁਹਾਡੇ ਫਿਊਚਰ ਲਈ ਜਿਹੜੇ ਆਉਣ ਵਾਲੇ ਜਿਹੜੇ ਪ੍ਰੋਜੈਕਟ ਨੇ ਉਹਦੇ ਲਈ ਬੈਸਟ ਆਫ ਲੱਕ ਕਹਿੰਦੇ ਆਂ ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ ਸੋ ਤੁਸੀਂ ਹਮੇਸ਼ਾ ਕਾਮਯਾਬੀ ਦੀਆਂ ਪੌੜੀਆਂ ਚੜਦੇ ਜਾਓ ਤੇ ਜਿੱਥੇ ਤੁਸੀਂ ਪਹੁੰਚਣਾ ਚਾਹੁੰਦੇ ਹੋ ਉੱਥੇ ਪਹੁੰਚੋ ਸੋ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣਾ ਸਮਾਂ ਦਿੱਤਾ ਜੀ ਥੈਂਕ ਯੂ ਥੈਂਕ ਯੂ ਫਾਰ ਮਾਈ ਟਾਈਮ ਸੋ ਦਰਸ਼ਕੋ ਆਸ ਕਰਦਾ ਹਾਂ ਤੁਹਾਨੂੰ ਅੱਜ ਦੀ ਇਸ ਇੰਟਰਵਿਊ ਰਾਜ ਸ਼ੋਕਰ ਹੋਰਾਂ ਦੇ ਨਾਲ ਪਸੰਦ ਆਈ ਹੋਵੇਗੀ ਉਹਨਾਂ ਦੀ ਲਾਈਫ ਜਰਨੀ ਅੱਜ ਕੀ ਕਰ ਰਹੇ ਨੇ ਫਿਊਚਰ ਦੇ ਵਿੱਚ ਕੀ ਕਰਨਾ ਉਹ ਸਾਰੀਆਂ ਗੱਲਾਂ ਬਾਤਾਂ ਅਸੀਂ ਸਾਂਝੀਆਂ ਕੀਤੀਆਂ ਨੇ ਸੋ ਆਸ ਕਰਦਾ ਹੈ ਤੁਸੀਂ ਅੱਜ ਦੀ ਇਸ ਇੰਟਰਵਿਊ ਨੂੰ ਬਹੁਤ ਪਸੰਦ ਕੀਤਾ ਹੋਵੇਗਾ ਸੋ ਦੇਖਦੇ ਰਹੋ ਬ੍ਰਿਟਿਸ਼ਾ ਮਿਲਦੇ ਆ ਫਿਰ ਕਿਸੇ ਹੋਰ ਸੈਲੀਬ੍ਰਿਟੀ ਦੇ ਨਾਲ ਧੰਨਵਾਦ ਥੈਂਕ ਯੂ